खालसा वाहेगुरु जी की फतेह। हर बुधवार की तरह असी इस हफ्ते फिर लेके आए हैं साडा हेल्दी लिविंग का शो विद मनजीत कौर। हाउ आर यू मैम टुडे? बहुत वधिया। चढ़दी कला ਚੜ੍ਹਦੀ ਕਲਾ ਉਦੋਂ ਹੁੰਦੀ ਆ ਜਦੋਂ ਬੰਦਾ ਇਨਸਾਨ ਬਿਲਕੁਲ ਤੰਦਰੁਸਤ ਹੋਵੇ, ਫਿਰ ਕਹਿਆ ਜਾਂਦਾ ਚੜ੍ਹਦੀ ਕਲਾ। ਫਿਰ ਰੌਣਕ ਚਿਹਰੇ ਤੇ, ਰੌਣਕ ਅੱਖਾਂ ਤੇ। ਹਾਂਜੀ। ਤੇ ਜਦ ਬੰਦਾ ਸੜਕ ਸੜਕ ਕਰਦਾ ਹੋਵੇ ਤੇ ਨੱਕ ਪੂੰਝਦਾ ਹੋਵੇ ਤੇ ਟਿਸ਼ੂ ਚ ਨੱਕ ਚੋਂਦਾ ਹੋਵੇ ਤੇ ਫਿਰ ਬੰਦਾ ਕਹਿੰਦਾ ਇਹ ਠੀਕ ਹੈ ਨਹੀਂ ਹੈ, ਇਹਨੂੰ ਜ਼ੁਕਾਮ ਫਲੂ ਹੋਇਆ। ਹਾਂਜੀ। ਤੇ ਫੈਲਾਂਦਾ ਵੀ ਹੈ ਬਿਲਕੁਲ, ਔਰ ਉਹ ਦੂਸਰੇ ਲੋਕਾਂ ਨੂੰ ਵੀ ਲੱਗਦਾ ਫਿਰ ਇਸ ਤਰ੍ਹਾਂ ਦਾ, ਹਨਾ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਸਪਾਂਸਰ ਹੋਇਆ, ਸਭ ਤੋਂ ਪਹਿਲੀ ਵਾਰੀ ਪੇਸ਼ੈਂਟ ਆਈ ਸੰਤ ਤੋਂ ਬਰਮਿੰਗਮ ਕਲੀਨਿਕ, ਜਿਹੜੀ ਹਰ ਬੁੱਧਵਾਰ ਵੀਰਵਾਰ ਹੁੰਦੀ ਹੈ। ਹਾਂਜੀ। ਪਹਿਲੀ ਵਾਰੀ ਪੇਸ਼ੈਂਟ ਆਈ ਸਮੇਂ ਤੋਂ ਪ੍ਰੋਗਰਾਮ ਦੇਖ ਰਹੇ ਸੀ, ਉਹ ਸੀਗੇ ਜਗਦੀਸ਼ ਸਿੰਘ ਜੀ, ਬ੍ਰੈਡਫੋਰਡ ਵਾਲੇ, ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ। ਸੋ ਮੈਂ ਉਹਨਾਂ ਦਾ ਅਤੀ ਧੰਨਵਾਦ ਕਰਦੀ ਹਾਂ, ਜਗਦੀਸ਼ ਸਿੰਘ ਬ੍ਰੈਡਫੋਰਡ ਵਾਲੇ, ਥੈਂਕ ਯੂ ਸੋ ਮਚ। ਆਪ ਜੀ ਚੜ੍ਹਦੀ ਕਲਾ ਚ ਰਹੋ, ਹੀ 74 ਲੁਕਿੰਗ ਸੋ ਗੁੱਡ, ਕੋਈ ਵੀ ਉਹਨਾਂ ਨੂੰ ਸਰੀਰਕ ਰੋਗ ਨਹੀਂ ਆਇਆ, ਜਸਟ ਅ ਸਿੰਪਲ ਇਸ਼ੂ ਜਿਹਦੇ ਵਾਸਤੇ ਆਈ ਸੀ। ਔਰ ਮੈਂ ਮਜ਼ਾਕ ਦੇ ਵਿੱਚ ਕਿਹਾ ਸੀਗਾ ਕਿ ਭਾਈ ਸਾਹਿਬ ਮੇਰਾ ਬਰਥਡੇ ਆ, ਮੇਰੇ ਲਈ ਕੀ ਪ੍ਰੈਜੈਂਟ ਲੈ ਕੇ ਆਈ ਆ, ਤੇ ਕਹਿੰਦੇ ਕੀ ਚਾਹੀਦਾ, ਮੈਂ ਕਿਹਾ ਮੇਰਾ ਪ੍ਰੋਗਰਾਮ ਸਪਾਂਸਰ ਕਰੋ। ਓਕੇ, ਤੇ ਪੱਕਾ ਹੋਇਆ ਸਾਡਾ ਬਰਥਡੇ ਹੋ ਚੁੱਕਾ ਤੇ ਉਹਨਾਂ ਨੇ ਪ੍ਰੋਗਰਾਮ ਸਪਾਂਸਰ ਕੀਤਾ। ਸੋ ਜਗਦੀਸ਼ ਸਿੰਘ ਬ੍ਰੈਡਫੋਰਡ ਵਾਲੇ, ਤੁਹਾਡਾ ਅਤੀ ਧੰਨਵਾਦ ਕਰਦੀ ਹਾਂ, ਥੈਂਕ ਯੂ ਸੋ ਮਚ ਕਿ ਉਹਨਾਂ ਨੇ ਸਨਮਾਨ ਕੀਤਾ, ਟਰਸਟ ਐਂਡ ਫੇਥ ਕਿ ਉਹ ਪ੍ਰੋਗਰਾਮ ਦੇਖਦੇ ਆ, ਅਮਲ ਵੀ ਕਰਦੇ ਆ, ਔਰ ਉਹਨਾਂ ਨੂੰ ਪੈਸ਼ਨ ਹੋਇਆ ਕਿ ਪ੍ਰੋਗਰਾਮ ਸਪਾਂਸਰ ਕਰੀਏ। ਸੋ ਆਈ ਐਮ ਸੋ ਗ੍ਰੇਟਫੁਲ। ਸੰਗਤੋ ਧਿਆਨ ਕਰੋ ਕਿ ਮੇਰਾ ਇੱਕ ਮਿੰਟ ਸਿੱਖ ਚੈਨਲ ਤੇ ਇਸ ਵੇਲੇ ਆਉਣ ਦਾ ਐਵਰੀ ਮਿੰਟ ਇਜ਼ £5.50 ਪੈਨੀਆਂ, ਮੈਂ ਕੈਲਕੂਲੇਟ ਕੀਤਾ ਇੰਕਲੂਡਿੰਗ ਮਾਈ ਪੈਟਰੋਲ। ਸੋ ਪਲੀਜ਼ ਕਾਲਸ ਉਹੀ ਰੱਖੋ ਜਿਹੜੇ ਮਤਲਬ ਦੇ ਹੋਣ, ਇਹ ਨਹੀਂ ਕਿ ਤੁਹਾਡੇ ਰਿਸ਼ਤੇਦਾਰ ਇੰਡੀਆ ਹੋਣ ਤੇ ਹਾਲੈਂਡ ਬੈਠੇ ਹੋਣ, ਤੇ ਅੱਜ ਦੇ ਤਰੀਕੇ ਦੇ ਨਾਲ ਕਾਲਸ ਉਹੀ ਰੱਖੋ ਮੇਰੇ ਸ਼ੋਅ ਵਿੱਚ ਜਿਹੜਾ ਟੌਪਿਕ ਚੱਲਦਾ ਹੋਵੇ, ਫਿਰ ਮਜ਼ਾ ਆਨੰਦ ਆਉਂਦਾ। ਕੋਈ ਉਧਰ ਨੂੰ ਤੁਰ ਪੈਂਦਾ, ਕੋਈ ਗੈਸ ਨੂੰ ਤੁਰ ਪੈਂਦਾ, ਕੋਈ ਅੱਡੀਆਂ ਨੂੰ, ਤਿੰਨ ਵਾਰੀ ਉਹੀ ਕਾਲ ਆਉਂਦੇ ਨੇ। £5.50 ਪਰ ਮਿੰਟ ਮੇਰਾ ਸ਼ੋਅ ਕੋਸਟ ਹੋ ਰਿਹਾ ਹਰ ਵੇਲੇ, ਇਸ ਵੇਲੇ ਤੁਹਾਡੇ ਵਾਸਤੇ, ਤੁਹਾਡੇ ਨਿੱਘੇ ਘਰਾਂ ਵਿੱਚ ਮੇਰਾ ਪ੍ਰੋਗਰਾਮ ਆਉਂਦਾ। ਸੋ ਮੇਰੀ ਬੇਨਤੀ ਆ, ਸੁਣਨ ਵਾਲੇ ਬਹੁਤ ਬੈਠੇ ਹੁੰਦੇ, ਲਿਖਣ ਵਾਲੇ ਪ੍ਰੋਗਰਾਮ ਬਹੁਤ ਬੈਠੇ ਹੁੰਦੇ, ਲੈਟਸ ਗਿਵ ਮੀ ਅ ਚਾਂਸ ਕਿ ਤੁਹਾਨੂੰ ਕੁਛ ਦਿਖਾਵਾਂ ਸਿਖਾਵਾਂ। ਬੇਟਾ ਮੈਂ, ਮੇਰਾ ਕੋਈ ਭੇਡ ਚਾਲ ਨਹੀਂ ਆ ਕਿ ਮੈਂ ਕਹਿੰਦੀ ਹਾਂ ਕਿ ਮੇਰੀ ਕਲੀਨਿਕ ਵਿੱਚ 19 ਥੈਰੇਪੀਜ਼ ਆ, 9 ਡਿਗਰੀਜ਼ ਅਤੇ 2 ਡਾਕਟਰਸ ਕਰਕੇ ਦਿਸ ਪ੍ਰੋਗਰਾਮ ਮੈਂ ਏਅਰ ਕਰਦੀ ਹਾਂ ਵਿਦ ਕੋਨਫੀਡੈਂਸ ਕਿ ਮੇਰੇ ਕੋਲ ਨੌਲੇਜ ਹੈਗੀ ਆ, ਯੂ ਕੈਨ ਟੇਕ ਮੀ ਔਨ ਐਨੀ ਜਰਨੀ ਆਫ ਐਨੀ ਟੋਪਿਕ। ਪਰ ਇਹ ਨਹੀਂ ਕਿ ਨਿੱਕੀ ਜਿਹੀ ਮਸਾਜ ਮਸ਼ੀਨ ਲਿਆ ਕੇ ਅਤੇ ਸਾਰਿਆਂ ਦੇ ਉਹੀ ਪੁਆਇੰਟ ਕਰੀ ਜਾਓ ਅਤੇ ਸਾਰਿਆਂ ਨੂੰ ਯੂ ਨੋ ਬੇਵਫਾਈ ਨਾਲ ਚੀਟ ਕਰੋ। ਹਾਂਜੀ, ਸੱਚ ਔਰ ਹਕੀਕਤ ਵਿੱਚ ਇਹੀ ਹੈ ਕਿ ਸੱਚਾਈ ਦੇ ਮਾਰਗ ਤੇ ਚੱਲੀਦਾ, ਜੇ ਦਵਾਈ ਨਹੀਂ ਹੈ ਤੇ ਅਗਲੀ ਵਾਰੀ ਪੇਸ਼ੈਂਟ ਆਉਂਦਾ ਹੈ। ਪਰ ਜਿੰਨੇ ਵੀ ਪੇਸ਼ੈਂਟ ਬਰਮਿੰਗਮ, ਲੰਡਨ ਸਿੱਖ ਚੈਨਲ ਦੇਖ ਕੇ ਵੀ ਆਏ ਔਰ ਆਉਂਦੇ ਵੀ ਰਹੇ ਆ, ਸਮੇਂ ਤੋਂ ਜਿੰਨੇ ਟਾਈਮ ਤੇ ਅਸੀਂ ਪ੍ਰੋਗਰਾਮ ਕਰਦੇ ਰਹੇ ਆ, ਸਾਰੇ ਠੀਕ ਹੋ ਰਹੇ ਨੇ। ਸੋ ਮੈਂ ਉਹਦਾ ਅਕਾਲ ਪੁਰਖ ਦਾ, ਮੈਂ ਸਿਰਫ ਅਕਾਲ ਪੁਰਖ ਦੀ ਵਜ਼ੀਰ ਆ, ਕੁਛ ਵੀ ਨਹੀਂ ਆਇਆ। ਕੋਈ ਮੈਨੂੰ ਮੈਜੀਸ਼ੀਅਨ ਕਹਿੰਦੇ ਨੇ, ਕੋਈ ਕਹਿੰਦੇ ਯੂ ਆਰ ਮੈਜਿਕ ਲੇਡੀ ਵਿਦ ਅ ਲੌਂਗ ਬਲੈਕ ਕੋਟ, ਕਦੀ ਮੈਂ ਡਿਫਰੈਂਟ ਕਲਰਸ ਪਾਏ ਹੁੰਦੇ ਨੇ, ਕੋਟਸ ਪਾਉਣੇ ਪੈਂਦੇ ਨੇ, ਬਟ ਹੀ ਇਜ਼ ਮਾਈ ਗੋਡ ਸੈਂਟ ਟਰੂਥ। ਐਂਡ ਮੈਂ ਸਿਰਫ ਦੁਨੀਆਂ ਦੇ ਆਣ ਕੇ ਇੱਕ ਸੇਵਾ ਕਰ ਰਹੀ ਹਾਂ, ਮੈਂ ਮੈਸੰਜਰ ਕਹਿ ਲਓ, ਐਂਡ ਆਮ ਅਕਾਲ ਪੁਰਖ ਵਜੀਦ ਜਸਟ ਡੂਇੰਗ ਦਿਸ ਸੰਗਤ ਸੇਵਾ। ਸੋ ਆਮ ਸੋ ਗ੍ਰੇਟਫੁਲ ਕਿ ਜੇ ਇਹਨਾਂ ਨੂੰ ਫਰਕ ਪੈ ਰਿਹਾ ਦਿਨਾਂ ਦੇ ਵਿੱਚ, ਵੀਕਾਂ ਦੇ ਵਿੱਚ, ਬਿਕੋਜ਼ ਆਪਾਂ ਨੈਸ ਸਕੈਨਿੰਗ ਕਰਦੇ ਬੇਟੇ, ਨਿਊਟਰੀ ਐਨਰਜੈਟਿਕ ਸਕੈਨਿੰਗ, ਐਂਡ 9 ਅਦਰ ਡਾਕਟਰ ਜਿਹੜੇ ਡਿਗਰੀਜ਼ ਮਿਲੀਆਂ ਨੇ, ਦੈਟ ਇਜ਼ ਹੋਮਿਓਪੈਥੀ, ਨੈਚੁਰਪੈਥੀ, ਆਯੁਰਵੇਦਾ, ਪਲੀਜ਼ ਮੇਰੇ ਆਯੁਰਵੇਦਾ ਡਰੋਪਸ ਹੈਗੇ ਨੇ ਪਿਓਰ ਸੁੱਚੇ ਐਜ਼ ਨੇਚਰ ਇੰਟੈਂਡਡ, 3 ਸਰਟੀਫਿਕੇਟਸ ਐਨਾਲਿਟਿਕ ਪ੍ਰੂਫ ਸਾਡੇ ਕੋਲ ਹੁੰਦੇ ਨੇ ਕਿ ਉਹਦੇ ਵਿੱਚ ਕੋਈ ਐਸਬੈਸਟਸ, ਕੋਈ ਟਿਨ, ਕੋਈ ਕੈਡੀਅਮ, ਮਰਕਿਊਰੀ ਪੋਇਜ਼ਨਿੰਗ ਨਹੀਂ ਹੈ। ਇਹਦੇ ਨਾਲ ਹੋਮਿਓਪੈਥਿਕ ਪ੍ਰੈਪਰੇਸ਼ਨ ਜਿਹੜੀਆਂ ਕਿ ਆਪਾਂ ਜਰਮਨੀ ਜਾ ਕੇ ਸਿੱਖਿਆ, ਐਂਡ ਦੈਨ ਆਸਟ੍ਰੇਲੀਆ ਤੋਂ ਨੈਸ ਨਿਊਟਰੀ ਐਨਰਜੈਟਿਕ ਸਕੈਨਿੰਗ, ਸੋ 5 ਕੰਟੀਨੈਂਟ ਤੋਂ ਮੈਂ ਪੜ੍ਹਾਈਆਂ ਕਰਕੇ ਤੁਹਾਡੇ ਸਾਹਮਣੇ ਪੇਸ਼ ਹੋ ਰਹੀ ਹਾਂ। ਸੋ ਦਿਸ ਡਿਡਨਟ ਹੈਪਨ ਓਵਰਨਾਈਟ, ਜੋ ਲੋਕਾਂ ਨੇ ਮੈਨੂੰ ਲੱਗਦਾ ਪ੍ਰੋਪਰਟੀਆਂ ਤੇ ਖਰਚਿਆ, ਮੈਂ ਪੜ੍ਹਾਈ ਤੇ ਖਰਚਿਆ, ਨਾਲ ਹੀ ਬੱਚਿਆਂ ਨੂੰ ਵੀ ਪੜ੍ਹਾਇਆ, ਨਾਲ ਆਪ ਵੀ ਪੜ੍ਹੀ। ਔਰ ਇੱਕ ਸਮਾਂ ਆਇਆ ਸੀ ਬੇਟੇ ਜਦੋਂ ਮੈਂ ਇੰਡੀਆ ਬੈਠੀ ਸੀਗੀ ਔਰ ਮੈਂ ਬੇਟੀ ਨੂੰ ਕਹਿ ਰਹੀ ਸੀ, ਮੈਨੂੰ ਬੜੀ ਘਬਰਾਹਟ ਆ ਰਹੀ ਕਿ ਐਕੁਆਪੰਕਚਰ ਡਿਗਰੀ ਬੜੀ ਹਾਰਡ ਹੈ, ਤੇ ਸਮੇਂ ਲਈ ਕਹਿ ਰਹੀ ਸੀਗੀ, ਤੇ ਮੈਂ ਬੱਚਿਆਂ ਨੂੰ ਕਹਿੰਦੀ ਹੁੰਦੀ ਸੀ 5 ਵਾਰੀ ਤੁਸੀਂ ਪਹਿਲੇ ਮੂਲ ਮੰਤਰ ਦਾ ਪਾਠ ਕਰਨਾ ਪਹਿਲੀ ਪੌੜੀ, ਤੇ ਤੁਹਾਨੂੰ ਵਾਹਿਗੁਰੂ ਜ਼ਰੂਰ ਇਹ ਦਊਗਾ। ਔਰ ਮੈਂ ਇੱਧਰੋਂ ਦਿੱਲੀ ਤੋਂ ਬੈਠੀ ਹਾਂ, ਐਗਜ਼ਾਮ ਹੋਣ ਵਾਲਾ ਸੀਗਾ, ਔਰ ਮੇਰੀ ਬੇਟੀ ਕਹਿੰਦੀ ਮਾਮ ਯਾਦ ਹੈ ਸਾਨੂੰ ਕਹਿੰਦੇ ਹੁੰਦੇ ਸੀ ਪਹਿਲੀ ਪੌੜੀ ਦਾ ਪਾਠ ਕਰਿਓ ਤੁਸੀਂ ਪਾਸ ਹੋ ਜਾਓਗੇ, ਉਹ ਗੱਲ ਮੇਰੇ ਤੇ ਆ ਗਈ ਜੀ। But that was the confidence I gave children ke vaigru thadi zindagi ch har vele hunda dukh vele sukh vele, dukh vele vaigru odo hunda sanu koi sri chhaluna aunda bete, koi vi cheez a flu hoya, zukam hoya, jehda topic hoega ajj da vi, oh sirf sanu ik awaz de reha ke kuch karo, par je apa chemicals se chal jande patapat antibiotics le lene ha, ajj tonu ik cheez dassangi jis cheez de vich aspirin aa tusi hairan ho jaoge kede khane vich, aur sanu mildi hai is dharti de vich, par aspirin nu loki bhaj rahe ne।
एंड यू नो दीज थिंग्स रिफ्लैक्ट साडा खाना रिफ्लैक्ट साडी हेल्थ दे उपर और जो भी इंग्लैंड दे विच तीन सीजन आ जांदे स्प्रिंग ऑटम समर एंड विंटर आई बेग योर पार्डन फोर सीजन ते ए फोर सीजन दे विच जिहड़े खाने आपां गलत खाधे हुंदे ने और शरीर चो टॉक्सिन तरह निकलदे ने जो पतझड़ हुंदा एदा मतलब कि ओ दरख्त नूं पत्ते दी लोड़ नहीं ओ डीटॉक्स हो रहा पत्ते झड़ रहे ने नवे बर्ड्स आए गए नवे पत्ते आए गए नवा सीजन आएगा जिहड़ा स्प्रिंग हुंदा ऐसे तरह इंसान जो सीजन चेंज हुंदा इंसान दे विचों टॉक्सिन निकलेंगे जे तुसी गलत खाना खांदे होंगे जे थोड़े खाने च रेशा बहुत है जां थोड़े खाने च कणक बहुत है जां तुसी दूध दे खाने कणक दी मिलावट कर रहे हो लाइक सीरियल्स एंड वीट बिक्सेस एंड ब्रैन फ्लेक्स ओदे विच एना गुई गंजी ग्लूटन जा बनदा है ना जेड़ा पूरा अवश रेशा है एंड दोस थिंग्स जो सीजन चेंज हुंदा थोड़ी बॉडी कोप नहीं कर सकदी 600 ट्रिलियन सैल्स दे विच अपने सैल्स हैगे ने जेड़े के फौजा हैगे ओ हैगे वाइट ब्लड सैल्स जिस तरह का तुसी अज चिट्टा सूट पाया अज मैं इन्हां नूं कहा मेरी कुड़ी नूं कि अज चिट्टा सूट पा के आई बड़ी सुंदर लग रही है ते मेरा इस्त्री करन नूं टाइम नहीं मिलिया बिकॉज़ मैं 3 बजे गड्डियां लोड हो रही है अगली बारी पहला कर ले सो वाइट सैल्स आर अवर फौज साडी शरीर दी फौज हैगी आ रेड ब्लड सैल काउंट शुड बी बिटवीन 10 to 14 एंड राइट वाइट ब्लड सैल काउंट विद प्लेटलेट्स मेक अप अ ह्यूज अमाउंट ऑफ द वॉल्यूम खून दा पर जदों ए सैल्स नूं कुछ सामने नजर आंदा है और ओनू दीवार नजर आंदी है कोई बैक्टीरिया दी वायरस दी इन्फेक्शन दी जी ओ सामना नहीं कर सकेगी कर सकेगी ते ओ एक तरह दे शरीर दे विच बुखार पैदा कर दिंदी बॉडी ओ बुखार एक तरह दा गंद कड्डन नूं आ डीटॉक्स होण नूं टेम्परेचर अप हो जांदा समहाउ ओ बुखार निकलना चाहिदा समहाउ ओ रेशा निकलनी चाहिदी है छाती छणकदी आ रेशा ब्लॉक हो जांदी मत्था कुट हो जांदा और ए चीजां सीजनल जेहड़े फ्लू कोल्ड्स है बच्चियां नूं इन्ने ज्यादा हो रहे ने और आपां बच्चियां नूं और प्रेगनेंसी टाइम मैं तकरीबन 5-6 बनानास खा रही सीगी अ डे because bananas de vich zinc bahut hai aur bananas pakki hoi not chamdi je di hard hai je te chitri wali banana ko oh bahut vadhiya so oh shakya te mere chote bacche nu pehla zukam jehda cheti control ho gaya si par main america sigi taan thoda time laga ji और फिर घर वाले ने इंस्ट्रक्शन दी इन्हू ए दे दो पर कंट्रोल हो गया सी तीजे साल अजकल जमदे बच्चियां नु एंटीबायोटिक शुरू हो जांदे इट इज अ क्वेश्चन के एंटीबायोटिक्स की करदियां ने श्योरली सानू सेव करदियां ने साडे शरीर चो बैक्टीरिया निकलदा आ बट वायरस इज द डॉक्टर्स टच ही नहीं करदे अजकल कहंदे वायरल फ्लू है जी घर जाके बॉडी ब्रशिंग करो हैव अ हॉट शावर गो टू बैड एंड रेस्ट पहलियां विच बेटे जदों फ्लू जुकाम हुंदा सी तुसी घरों बाहर नहीं जा सकदे सी डॉक्टर ने तुहानू बिलकुल ट कर देना घर रवो स्टे एट होम बिकॉज दूसरे इन्फेक्शन हो एक ऑफिस दे विच एक इंसान जो छिक मारदा किन्नी बैक्टीरिया उड़दी ओदी छिक चो पता नहीं बट बहुत सारी होएगी जिन्नी एनवायरनमेंट होएगी पहले तो 200 डिफरेंट वायरसेस आ कोल्ड्स दे 200 डिफरेंट वायरसेस एक छिक मार दे ते 40,000 बैक्टीरिया थड़े नक चो मुंह चो डिगदी आ और वो बैक्टीरिया संग तो 3 घंटे जींदी रहंदी आ हवा विच और वो जांदी है अप टू 30 feet हाई कमरे दे विच जाके टिक जांदी है जिहड़े किसी ने नेक्स्ट बंदे ने टेबल नूं हाथ लाया जां कंप्यूटर नूं हाथ लाया और उहने माड़े जिहे अपने नक नूं हाथ ला लिया ओ वायरस उहनूं हो गया होएगी क्यों जिहदा इम्यून सिस्टम लो होएगा जे थोड़ा इम्यून सिस्टम सही आ मेरे कोल पेशेंट्स आएगे क्लिनिक्स कहेंगे बस सानूं ना फ्लू होया ते थोड़ा थोनूं ना हो जावे मैं कहिंदा नहीं मैनूं नहीं होएगा टचवुड बिकॉज साडा डाइट कुछ उस तरह दा आ जो असीं दसदे आ हकीकत विच असीं उही खांदे आ एंड जिहड़ा बर्थडे केक भी बनाया रेपसीड विच बनाया अगावे सिरप पाया और अज दिलबाग सिंह वीरा शक रहे सिगे और मनप्रीत कौर ने शक्या बट दैट वाज जस्ट वन ऑफ या एंड इट वोंट हैपन अगेन टिल टाइम सो खांसी जिहड़ा यू नो एक वीक लास्ट करदा है वायरस जां 2 वीक हुंदा सिगा अजकल 4-4 हफ्ते लोकां नूं वायरस फ्लू नहीं जांदे ने और ओहदे नाल थकेमा मसल पेन नींद हांजी लेजीनेस नींद बहुत आएगी स्ट्रेंज वायरसेस फ्लूज जेदे कई एंटीबायोटिक्स कम ही नहीं कर दिया और एनएचएस ने इस तरह करता है कि एंटीबायोटिक्स दवो विद मतलब ओनली पर जे एंटीबायोटिक शुरू कीती होनी फिनिश करो क्यों क्योंकि पूरा कोर्स होंदा जो टाइम पूरा फिनिश होना चाहिदा बिल्कुल
ਕਿਹੜੀਆਂ ਬੁੱਕਾਂ ਪੜ੍ਹੀਆਂ ਕੁੜੀਆਂ ਤੂੰ ਤਾਂ ਆਈਟੀ ਕੀਤਾ ਹੋਇਆ ਤੂੰ ਤਾਂ ਮੇਰੇ ਨਾਲ ਮੁਕਾਬਲਾ ਕਰਦੀ ਹੈ ਨਹੀਂ ਨਹੀਂ ਤੁਸੀਂ ਵੱਡੇ ਹੋ ਤੁਸੀਂ ਵੱਡੇ ਹੋ ਬਾਕੀ ਸਹੀ ਜਵਾਬ ਹੈ ਬਿਕੋਜ਼ ਯੂ نو ਵਾਕਈ ਸੱਚ ਗੱਲ ਹੈ ਕਿ ਉਹਦੇ ਨਾਲ ਜਿਹੜੀ ਉਹ ਚੀਜ਼ ਹੁੰਦੀ ਆ ਇਟ ਹੈਜ਼ ਟੂ ਯੂ نو ਮੈਚ ਸੋ ਮੁਕਾਬਲਾ ਉਦੋਂ ਹੁੰਦਾ ਜਦੋਂ ਤੁਹਾਡਾ ਬਾਡੀ ਟੈਂਪਰੇਚਰ 39 ਤੋਂ ਉੱਪਰ ਹੋ ਗਿਆ ਤਾਂ ਮਤਲਬ ਤੁਹਾਡੀ ਬਾਡੀ ਇੱਕ ਟੌਕਸਿਨ ਵਾਇਰਸ ਗੰਦਗੀ ਕੱਢਣਾ ਚਾਹੁੰਦੀ ਆ ਉਹ ਬੁਖਾਰ ਦੇ ਤਰ੍ਹਾਂ ਆਏਗੀ ਤੁਹਾਨੂੰ ਜਾਂ ਬੱਚੇ ਨੂੰ ਸੋ ਇਹ ਤਾਪ ਕਹਿ ਲੈਂਦੇ ਆਪਾਂ ਕਿ ਮੇਰੇ ਬੱਚੇ ਨੂੰ ਤਾਪ ਹੋਇਆ ਮੈਨੂੰ ਤਾਪ ਹੋਇਆ ਬੀਬੀਆਂ ਕਈ ਵਾਰੀ ਆਉਂਦੀਆਂ ਸਾਨੂੰ ਕਹਿੰਦੀਆਂ ਕਿ ਮੈਨੂੰ ਹਰ ਰੋਜ਼ ਸ਼ਾਮ ਨੂੰ ਤਾਪ ਹੋ ਜਾਂਦਾ ਹਾਂਜੀ ਤਾਪ ਸ਼ਾਮ ਨੂੰ ਹੁੰਦਾ ਬਿਕੋਜ਼ ਲਿਵਰ ਟੌਕਸਿਨਸ ਹੁੰਦੇ ਨੇ ਕਮਰੇ ਦੇ ਵਿੱਚ ਗਰਮੀ ਪੈ ਗਈ ਆ ਹੀਟਿੰਗ ਆਨ ਹੋ ਗਈ ਆ ਤੇ ਗੱਦੇ ਨਹੀਂ ਸਾਫ਼ ਹੋ ਰਹੇ ਆਪਾਂ ਬਹੁਤ ਅਲਟਰਾ ਕਲੀਨ ਕਰ ਲਏ ਹੋਮ EFM ਇਲੈਕਟ੍ਰੋਮੈਗਨੈਟਿਕ ਫੀਲਡ ਕਢਾਉਣ ਲਈ ਮੈਂ ਬਹੁਤ ਸਾਦਾ ਤਰੀਕਾ ਦੱਸਿਆ ਸੀ ਕਿ ਹਰੇਕ ਕਮਰੇ ਜਿੱਥੇ ਟੈਲੀਵਿਜ਼ਨ ਹੈ ਕੀ ਰੱਖਿਆ ਇਲੈਕਟ੍ਰੋਮੈਗਨੈਟਿਕ ਫੀਲਡ ਉਹਨੂੰ ਖਿੱਚ ਕੇ ਰੱਖ ਦਿੰਦੀ ਉਹਨੂੰ ਹਰ ਵੀਕ ਸੁੱਟ ਦੋ ਅੱਜ ਕੱਲ ਤਾਂ 199 ਦਾ 1 kg ਮਿਲ ਜਾਂਦਾ ਜਿਹੜਾ ਕਿ ਬੜਾ ਸਸਤਾ ਹੈ ਸਿੰਪਲੈਸਟ ਵੇ ਕੇ ਸਾਡੇ ਘਰਾਂ ਵਿੱਚ ਟੈਲੀਵਿਜ਼ਨ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਹੈਗੀਆਂ ਦਸਲ ਵਿੱਚ ਇਲੈਕਟ੍ਰੋਮੈਗਨੈਟਿਕ ਫੀਲਡ ਦੇ ਵਿੱਚੋਂ ਬਚਣਾ ਪਤਾ ਕੀ ਕਹਿੰਦੇ ਨੇ ਸਾਇੰਟਿਸਟ ਕਿ ਹਰੇਕ ਕਮਰੇ ਦੀ ਘਰ ਦੀਆਂ ਲਾਈਟਸ ਸਵਿਚ ਹੈ ਨਾ ਮੇਨ ਸਵਿਚ ਬੰਦ ਹੋਣੇ ਚਾਹੀਦੇ ਇੰਪੋਸੀਬਲ ਘਰ ਵਿੱਚ ਫਰੀਜ਼ਰ ਫਰਿੱਜ ਮਾਈਕ੍ਰੋਵੇਵ ਟੈਲੀਵਿਜ਼ਨ ਵੀਡੀਓ 3600 ਕੰਪਿਊਟਰ ਚੀਜ਼ਾਂ ਹੁੰਦੀਆਂ ਵੇਰ ਫਿਜ਼ੀਕਲੀ ਤੁਸੀਂ ਲਾਈਟ ਸਵਿਚਸ ਬੰਦ ਸਵਿਚ ਮੇਨ ਸਵਿਚ ਨਹੀਂ ਬੰਦ ਕਰ ਸਕਦੇ ਕਿ ਸਾਰੀ ਰਾਤ ਇਲੈਕਟ੍ਰੋਮੈਗਨੈਟਿਕ ਫੀਲਡ ਆ ਰਹੀ ਕਾਫੀ ਬੱਚੇ ਜਿਹੜੇ ਦਫ਼ਤਰਾਂ ਚ ਕੰਮ ਕਰਦੇ ਨੇ AC ਜਿਹੜੇ ਫਿਲਟਰਸ ਹੁੰਦੇ ਨੇ ਕਦੀ ਸਾਫ਼ ਨਹੀਂ ਹੁੰਦੇ ਬੱਚਿਆਂ ਨੂੰ AC ਚੋਂ ਫਲੂ ਹੁੰਦਾ ਇੱਕ ਨੂੰ ਹੁੰਦਾ ਦੂਸਰੇ ਨੂੰ ਯੂ نو ਡਿੱਗਦੇ ਨੇ ਇਹ ਡਿਸੰਬਰ ਇੰਨਾ ਭੈੜਾ ਵਾਇਰਸ ਹੋਇਆ ਮੇਰੇ ਕਾਫੀ ਪੇਸ਼ੈਂਟਸ ਜਿਹੜੇ ਮੈਂ ਦੇਖੇ ਨੇ ਕਾਫੀ ਸਮੇਂ ਲਈ ਸਿਰਫ ਫੋਨ ਕਰ ਰਹੇ ਸੀ ਕਿ ਸਾਨੂੰ ਜ਼ੁਕਾਮ ਫਲੂ ਇੰਨਾ ਉਹਦੇ ਨਾਲ ਗੈਸਟ੍ਰਿਕ ਫਲੂ ਵੱਟ ਪੈ ਰਿਹਾ ਉਲਟੀਆਂ ਆ ਰਹੀਆਂ ਇਟ ਵਾਸ ਅ ਮੋਸਟ ਡੇਂਜਰਸ ਐਵਰੀ ਡਿਸੰਬਰ ਕਿਉਂ ਹੁੰਦਾ ਐਵਰੀ ਨਵੰਬਰ ਕਿਉਂ ਹੁੰਦਾ ਮਾਤਾ ਤੇ ਡਿਸੰਬਰ ਦੇ ਵਿੱਚ ਯੂ نو ਚਿਕਨ ਪੌਕਸ ਦੀਸ ਆਰ ਟਾਈਮਸ ਆਫ ਸੀਜ਼ਨ ਜਦੋਂ ਟੌਕਸਿਨਸ ਨਿਕਲ ਰਹੇ ਨੇ ਔਰ ਬਾਡੀ ਦੇ ਵਿੱਚ ਗਰਮੈਸ਼ ਨਹੀਂ ਹੁੰਦੀ ਰਾਈਟ ਦੋ ਜਾਨਵਰ ਦੁਨੀਆ ਦੇ ਵਿੱਚ ਹਾਈਬਰਨੇਟ ਕਰਦੇ ਕਿਹੜੇ ਭਲਾ ਪਤਾ ਨਹੀਂ ਇੱਕ ਹੈਜੋਕ ਜਿਹਦੇ ਉਹਦੇ ਕੰਡੇ ਕੰਡੇ ਨਿਕਲਦੇ ਪੰਜਾਬੀ ਛੱਡਕ ਨੂੰ ਕੀ ਕਹਿੰਦੇ ਨੇ ਜੇ ਕਿਸੇ ਨੂੰ ਪਤਾ ਤਾਂ ਮੈਨੂੰ ਪਤਾ ਹੋਏਗਾ ਮੈਨੂੰ ਇਸ ਵੇਲੇ ਯਾਦ ਨਹੀਂ ਆਉਂਦਾ ਤੇ ਇੱਕ ਜਿਹੜਾ ਰਿਚ ਹੁੰਦਾ ਬੇਅਰ ਹਾਂਜੀ ਇਹ ਦੋ ਜਾਨਵਰ ਹਾਂਜੀ ਆਪਣੀ ਬਾਡੀ ਟੈਂਪਰੇਚਰ ਨੂੰ ਕੰਟਰੋਲ ਕਰਕੇ ਸੋ ਜਾਂਦੇ ਨੇ ਛੇ ਛੇ ਮਹੀਨੇ ਸੋ ਜਾਂਦੇ ਨੇ ਪਰ ਇਨਸਾਨ ਉਹ ਕੁਛ ਨਹੀਂ ਕਰ ਸਕਦਾ ਔਰ ਮੈਂ 2012 ਦੇ ਵਿੱਚ ਸਵੀਡਨ ਗਈ ਸੀਗੀ ਹਾਲੈਂਡ ਸਵੀਡਨ ਨਾਰਵੇ ਮੈਂ ਟਾਕ ਸ਼ੋਅਜ਼ ਕਰ ਰਹੀ ਸੀ ਗੁਰਦੁਆਰੇ ਟੂ ਗੁਰਦੁਆਰੇ ਉਹਦੇ ਨਾਲ ਆਪਾਂ ਲਾਂਚ ਕੀਤਾ ਸੀ ਕਲੀਨਿਕ ਸਾਊਥ ਇੰਡੀਆ ਔਰ ਉਹ ਕਲੀਨਿਕ ਦੀ ਪ੍ਰਮੋਸ਼ਨ ਕਰ ਰਹੇ ਸੀ ਆਪਾਂ ਹੈਲਥ ਕਲੀਨਿਕ ਦੀ ਸੋ ਉਸ ਟਾਕ ਸ਼ੋਅਜ਼ ਦੇ ਵਿੱਚ ਮੈਨੂੰ ਬੜਾ ਸ਼ੌਂਕ ਹੋਇਆ ਕਿ ਮੈਂ ਯਕਮੋਰ ਜਾਵਾਂ 800 ਮੀਲ ਦੂਰ ਫਰੋਮ ਓਸਲੋ ਹਾਂਜੀ ਗੈਸ ਵਾਟ ਉੱਥੇ ਟੈਂਪਰੇਚਰ -52 ਜੀ ਜਦੋਂ ਮੈਂ ਤੁਰ ਰਹੀ ਜਾ ਰਹੀ ਸੀ ਦਾ ਕਾਰ ਵਾਸ ਸ਼ੋਇੰਗ -46 ਉੱਥੇ ਪਹੁੰਚੇ ਤੇ -52 ਰਿਚ ਦੇਖੇ 8 ਫੁੱਟ ਹਾਈ ਬੇਅਰ ਕੱਟ ਰਹੇ ਤੋੜ ਰਹੇ ਸੀਗੇ ਫੋਰ ਵਿੰਟਰ ਦੇਖੋ ਜਾਨਵਰ ਕਿਸ ਤਰ੍ਹਾਂ ਦੇ ਨੇ ਉਹਨਾਂ ਨੂੰ ਪਤਾ ਕਿ ਸਿਆਲ ਆ ਰਿਹਾ ਤੇ ਉਹ ਬੇਰੀਆਂ ਤੋੜ ਕੇ ਸਟਾਕ ਅਪ ਕਰ ਰਹੇ ਦੇਖੋ ਜਾਨਵਰ ਹੈ ਕੀੜੀਆਂ ਤਾਂ ਸਿੱਖ ਲਓ ਕਿਸੇ ਹੋਰ ਦੇ ਉੱਤੇ ਕਿ ਜਾਣਾ ਪਰ ਉਦੋਂ ਮੇਰੇ ਕੰਨ ਨੂੰ ਠੰਡ ਲੱਗੀ ਐਂਡ ਫਿਰ ਯੂ نو ਮੈਂ ਟੋਪੀ ਪਾ ਕੇ ਗੁਰਦੁਆਰੇ ਪਹੁੰਚੀ ਵੂਲੀ ਟੋਪੀ ਨਾਲ ਰੈਪ ਕੀਤਾ ਬਿਲੀਵ ਇਟ ਆਰ ਨਾਟ 3 ਮਹੀਨੇ ਉਹ ਕੰਨ ਨੇ ਮੈਨੂੰ ਤੰਗ ਕੀਤਾ ਬਿਕੋਜ਼ ਆਈ ਵਾਸ ਡੂਇੰਗ ਲਾਈਕ ਅ ਫਲਾਈਟ ਐਵਰੀ ਸੈਕੰਡ ਥਰਡ ਵੀਕ ਮੈਂ ਉਡਾਈ ਕਰ ਰਹੀ ਸੀ ਫਰੋਮ ਇੰਡੀਆ ਟੂ ਇੰਗਲੈਂਡ ਟੂ ਸੀ ਮਾਈ ਪੇਸ਼ੈਂਟਸ ਐਂਡ ਆਈ ਡਿਡ 74 ਫਲਾਈਟਸ ਇਨ 4 3/4 years ਉਹ ਕੰਨ ਨੇ ਮੈਨੂੰ ਜਿਹੜਾ 9 ਮਹੀਨੇ ਤੰਗ ਕੀਤਾ ਆਈ ਨਿਊ ਕਿ ਮਾਈ ਗੋਡ ਇਹਨੂੰ ਈਅਰ ਏਕ ਕਹਿੰਦੇ ਵਾਹ ਸੋ ਜ਼ੁਕਾਮ ਠੰਡ ਲੱਗ ਗਈ ਕੰਨ ਨੂੰ ਪਰ ਦੇਖੋ ਜਾਨਵਰ ਨੂੰ ਏਦਾਂ ਪਤਾ ਹੈ ਕਿ ਉਹਨਾਂ ਨੇ ਹਾਈਬਰਨੇਟ ਹੋਣਾ ਪਰ ਅਸੀਂ ਹਾਈਬਰਨੇਟ ਕਿੱਦਾਂ ਕਰਦੇ ਸਾਡੀ ਬਾਡੀ ਦਾ ਡਾਈਜੈਸ਼ਨ ਵਿੰਟਰ ਸਲੋ ਹੋ ਜਾਂਦਾ ਹਾਂਜੀ ਔਰ ਦਵਾਈ ਪਚਣ ਦੀ ਸਹਿਣ ਸ਼ਕਤੀ ਵੀ ਸਲੋ ਹੋ ਜਾਂਦੀ ਇਸ ਵਾਸਤੇ ਵੈਰੀ ਇੰਪੋਰਟੈਂਟ ਕਿ ਆਪਾਂ ਗਰਮ ਚੀਜ਼ਾਂ ਲਈਏ ਗਰਮ ਸੂਪਸ ਲਈਏ ਗਰਮ ਦਾਲਾਂ ਗਰਮ ਚੀਜ਼ਾਂ ਲਓ ਤੇ ਬੱਚੇ ਜਾਂਦੇ ਨੇ ਸਟੋਜੀ ਕਾਰਬੋਹਾਈਡਰੇਟਸ ਤੇ ਪੀਜ਼ਾਸ ਤੇ ਹੈਮਬਰਗਰਸ ਦੀਸ ਆਰ ਆਲ ਥਿੰਗਸ ਜਿਹੜੀਆਂ ਵਧੀਆ ਸਾਡੇ ਵਾਸਤੇ ਪਰ ਆਪਾਂ ਕਰ ਨਹੀਂ ਰਹੇ ਸਾਡੇ ਬੱਚੇ ਛੁੱਟ ਗਏ ਨੇ ਨਾਟ ਓਨਲੀ ਫਰੋਮ ਸਿੱਖੀ ਐਂਡ ਬਟ ਅ ਲੋਟ ਫਰੋਮ ਡਾਇਟ ਲੜਕਿਆਂ ਨੂੰ ਘੇ ਬਣਾਉਣਾ ਨਹੀਂ ਆਉਂਦਾ ਵਿਚ ਇਜ਼ ਵੈਰੀ ਇੰਪੋਰਟੈਂਟ ਐਜ਼ ਅ ਮਿਊਕਸ ਫਾਇਰ ਟੂ ਹੈਲਪ ਦ ਮਿਊਕਸ ਮੈਂਬਰੇਨਸ ਨੱਕ ਦੇ ਕੰਨ ਦੇ ਪਿੱਛੇ ਥਰੋਟ ਦੇ ਗਲੇ ਦੇ ਨੋਹਾਂ ਵਾਸਤੇ ਮਿਊਕਸ ਆਪਾਂ ਨੂੰ ਐਸੈਂਸ਼ੀਅਲ ਫੈਟ ਚਾਹੀਦੇ ਸਕਿਨ ਵਾਸਤੇ ਸਾਫ਼ ਸੁਥਰੀ ਸਕਿਨ ਹੋਵੇ ਤੇ ਸ਼ਾਈਆਂ ਨਹੀਂ ਆਏਗੀਆਂ ਸਾਫ਼ ਡਾਇਟ ਹੋਏਗਾ ਤੇ ਸ਼ਾਈਆਂ ਨਹੀਂ ਆਏਗੀਆਂ ਸੋ ਦਿਸ ਇਜ਼ ਸੋ ਇੰਪੋਰਟੈਂਟ ਕਿ ਆਪਾਂ ਯੂ ਨੋ ਡਾਇਟ ਉਹ ਲਈਏ ਵਿੰਟਰ 'ਚ ਜਿਹਦੇ ਨਾਲ ਸਾਡੀ ਬਾਡੀ 'ਚ ਹੀਟ ਹੋਵੇ ਅਦਰਕ ਹੋਵੇ ਲਸਣ ਹੋਵੇ ਇਸ ਬਾਰੇ ਵੀ ਸਟੋਰੀ ਦੱਸਾਂਗੇ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਲਸਣ ਕਿੱਦਾਂ ਖਾਈਦਾ
और जो एस्प्रिन फूड है देखते जाओ प्रोग्राम। सो डाइट इंपोर्टेंट वह होंगे जो सीजनल देखो विंटर दे विच सानू मिलते ने ब्रसल स्प्राउट्स आ जाते एसपैरिसगस आ जाता क्रैनबरीज इस बारे भी दसे जाओगे देखते रहो और समर विच आ जाता मेलन बड़ा ज्यादा मेलन आ जाता है ना अंब भी आते पर प्रदेश तो आते अंब मेलन क्यों ठंडा और तकरीबन 4 घंटे लगते वाइट सैल नवे बनन टू फाइट एनी बैक्टीरिया पर तुसी सोडा कोका जा कोई भी काला सोडा पीता होवे और एनी काइंड ऑफ शुगर ड्रिंक्स शुगर लोडेड ड्रिंक्स ਤੇ ਉਹਦੇ ਨਾਲ ਤੁਹਾਡੇ ਸੈੱਲ ਕਾਊਂਟ ਵਿਲ ਡ੍ਰੌਪ ਐਂਡ ਐਨੀ ਵਾਇਰਸ ਤੁਹਾਡੇ ਸਾਹਮਣੇ ਆਏਗਾ ਤੇ ਤੁਸੀਂ ਕਹੋਗੇ ਉਹ ਫਲਾਨਾ ਆਇਆ ਸੀ ਉਹਨੇ ਛਿੱਕ ਮਾਰੀ ਤੇ ਮੈਨੂੰ ਜ਼ੁਕਾਮ ਹੋ ਗਿਆ ਜ਼ੁਕਾਮ ਤੁਹਾਨੂੰ ਤਾਂ ਹੋਇਆ ਕਿਉਂਕਿ ਤੁਹਾਡਾ ਇਮਿਊਨ ਸਿਸਟਮ ਲੋ ਸੀਗਾ ਸੋ ਇਮਿਊਨ ਸਿਸਟਮ ਨੂੰ ਫਾਈਟ ਕਰਨਾ ਬਹੁਤ ਜ਼ਰੂਰੀ ਆ ਬਿਕੋਜ਼ ਸਮੇਂ ਦੇ ਨਾਲ ਟਾਈਮ ਦੇ ਨਾਲ ਅੱਖਾਂ ਵੀ ਬਦਲ ਗਈਆਂ ਔਰ ਜਿਹਦੇ ਨਾਲ ਫਿਰ ਇਹ ਰੇਸ਼ਾ ਬਣਦੀ ਆ ਔਰ ਨਿਕਲਦੀ ਕਈਆਂ ਦੀ ਨਹੀਂ ਨਿਕਲਦੀ ਕਈਆਂ ਦੀ ਜੰਮ ਜਾਂਦੀ ਤੇ ਲੋਕੀ ਕਹਿ ਦਿੰਦੇ ਹੁਣ ਤੁਹਾਨੂੰ ਦਮਾ ਆ ਤੇ ਤੁਸੀਂ ਪੰਪ ਲੈ ਲਓ ਹਾਂਜੀ ਭੱਜਦੇ ਭੱਜਦੇ ਸਕੂਲ ਦੇ ਵਿੱਚ ਬੇਟੇ ਬੱਚੇ ਪੰਪ ਲੈ ਰਹੇ ਨੇ ਇਟਸ ਸੋ ਸੈਡ ਵੀ ਬਿਕਮ ਸੱਚ ਅ ਫਨੀ ਸੋਸਾਇਟੀ ਕਿ ਇੱਕ ਫਿਫੜੇ ਤੇ ਇੱਕ ਲੰਗਸ ਦੀ ਐਕਸਚੇਂਜ ਆਫ ਆਕਸੀਜਨ ਐਂਡ ਬਲੱਡ ਅਮੇਜ਼ਿੰਗ ਕੈਮਿਸਟਰੀ ਕਿ ਦੇਖੋ ਲੰਗਸ ਨੇ ਆਕਸੀਜਨ ਲੈ ਕੇ ਕਾਰਬਨ ਡਾਈਆਕਸਾਈਡ ਕੱਢਣਾ ਆਪਾਂ ਸਵਾਸ ਲੈ ਰਹੇ ਹਾਂ ਹਨਾ ਔਰ ਬਹੁਤ ਲੋਕੀ ਆਪਾਂ ਕਹਿ ਰਹੇ ਹਾਂ ਵੀ ਯੋਗਾ ਬੜਾ ਵਧੀਆ ਬਿਕੋਜ਼ ਦੇ ਆਰ ਓਨਲੀ ਆਕਸੀਜਨੇਟਿੰਗ ਦੇਅਰ ਸੈਲਸ ਦੀ ਓਨਲੀ ਕੈਮਿਸਟਰੀ ਦੈਟਸ ਹੈਪਨਿੰਗ ਅਦਰ ਦੈਨ ਮੂਵਿੰਗ ਯੋਰ ਮਸਲਸ ਔਰ ਓਮ ਲੋਂਗ ਕਰਨ ਦੇ ਵਿੱਚ ਇਜ਼ ਯੋਰ ਆਕਸੀਜਨੇਟਿੰਗ ਯੋਰ ਸੈਲਸ ਇੱਕ ਇੱਕ ਸੈੱਲ ਨੂੰ ਜੀਵਨ ਔਰ ਜੀਣ ਲਈ ਆਕਸੀਜਨ ਚਾਹੀਦਾ ਪਰ 70% ਆਕਸੀਜਨ ਚਾਹੀਦਾ ਤੁਹਾਡੇ ਮੈਦੇ ਨੂੰ ਸੋ ਜੇ ਤੁਹਾਨੂੰ ਕਬਜ਼ ਹੈ ਤੇ ਡੈਫੀਨੇਟਲੀ ਤੁਹਾਡਾ ਯੂ ਨੋ ਮੈਦਾ ਵਿਲ ਸਫਰ ਐਂਡ ਆਕਸੀਜਨ ਪਹੁੰਚੇਗੀ ਨਹੀਂ ਸੋ 200 ਡਿਫਰੈਂਟ ਵਾਇਰਸਿਸ ਨੂੰ ਅਸੀਂ ਕਿੱਦਾਂ ਫਾਈਟ ਕਰਨਾ ਔਰ ਨਵੀਂ ਵਾਇਰਸ ਸ਼ੁਰੂ ਹੋ ਗਈ ਦਿੱਲੀ ਦੇ ਵਿੱਚ ਜਿਹੜੀ ਕਿ ਢਾਬਿਆਂ ਦੇ ਵਿੱਚ ਹੈਗੀ ਐ CJD ਵਾਇਰਸ ਉਹਦਾ ਕਿ ਉਹਦਾ ਵਾਜੇ ਐਂਟੀਬਾਇਓਟਿਕ ਨਹੀਂ ਹੈਗਾ ਪਰ ਉਹ ਲੋਕਾਂ ਨੂੰ ਢਾ ਦਿੰਦੀ ਆ ਜੀ ਇੰਡੀਆ ਤੋਂ ਲੋਕੀ ਜਦੋਂ ਲੈਂਦੇ ਨੇ ਪਨੀਰ ਹਾਂਜੀ ਢਾਬਿਆਂ ਤੋਂ ਉਹ ਬਹੁਤ ਜ਼ਿਆਦਾ ਬੈਡ ਈਕੋਲਾਈ ਬੈਕਟੀਰੀਆ ਹੁੰਦਾ ਸੈਲਮੋਨੇਲਾ ਪੋਇਜ਼ਨਿੰਗ ਹੋ ਜਾਂਦੀ ਆ ਔਰ ਲਾਸਟ ਵੀਕ ਵੀ ਮੇਰੇ ਪੇਸ਼ੈਂਟਸ ਵਿਚਾਰੇ ਗਏ ਤਾਂ ਅਸੀਂ ਕੀਰਤਨ ਰਿਕਾਰਡਿੰਗ ਕਰਨ ਉੱਥੇ ਉਹਨਾਂ ਨੇ ਕੀ ਖਾਧਾ ਮਹਾਂ ਦੀ ਦਾਲ ਹਾਂਜੀ ਗੋਭੀ ਹਾਂਜੀ ਐਂਡ ਪਨੀਰ ਤਿੰਨੇ 22 ਚੀਜ਼ਾਂ ਹਾਂਜੀ ਦੇਖੋ ਬੇਟੇ ਸਾਡੇ ਤਾਂ ਜੜੀਆਂ ਬੂਟੀਆਂ ਵਾਹਿਗੁਰੂ ਨੇ ਇੰਨੀਆਂ ਦਿੱਤੀਆਂ ਹੋਈਆਂ ਨੇ ਕਿ ਜਦੋਂ ਤੁਸੀਂ ਮਹਾਂ ਦੀ ਦਾਲ ਬਣਾਉਂਦੇ ਤੇ ਕਰੇਲੇ ਬਣਾਓ ਹਾਂਜੀ ਜਦੋਂ ਕੜੀ ਬਣਾਉਂਦੇ ਆ ਤੇ ਨਾਲ ਬਤਾਉ ਬਣਾਓ ਹਾਂਜੀ ਬੈਂਗਣ ਯਾ ਔਰ ਬੈਂਗਣ ਸੋ ਇਹ ਚੀਜ਼ਾਂ ਦੀ ਮਿਲਾਵਟ ਹੋਣੀ ਕਿਉਂ ਜ਼ਰੂਰੀ ਆ ਬਿਕੋਜ਼ ਫਾਇਰ ਵਿਦ ਡੈਂਪ ਵਿਲ ਬੀ ਲੈਵਲਡ ਆਊਟ ਪਲੈਟਫਾਰਮ ਬਣ ਗਿਆ ਹਾਂਜੀ ਪਰ ਡੈਂਪ ਵਿਦ ਡੈਂਪ ਵਿਦ ਡੈਂਪ ਰੇਸ਼ਾ ਬਣ ਗਈ ਸੋ ਡੋਂਟ ਹੈਵ ਡੈਂਪ ਫੂਡਸ ਵਿਦ ਦੈਟ ਕਮਸ ਸੀਰੀਅਲ ਐਂਡ ਮਿਲਕ ਡੈਂਪ 100% ਹਾਂਜੀ ਯੂ ਨੋ ਆਇਲਸ ਭਰੇ ਪਏ ਸਟੋਰਾਂ ਵਿੱਚ ਗੋਰਿਆਂ ਨੂੰ ਯੋਗਟ ਬਾਰੇ ਪਤਾ ਨਹੀਂ ਸੀਗਾ ਪਹਿਲਾਂ ਤੇ ਸਰਦਾਰ ਨੂੰ ਗੋਰੇ ਨੇ ਪੁੱਛਿਆ ਸਿੰਘ ਮੈਨੂੰ ਦੱਸ ਯੋਗਟ ਕੀ ਆ ਉਹ ਸਿੰਘ ਕਹਿੰਦਾ ਯੋਗਟ ਇਹ ਸਮੇਂ ਦੀ ਗੱਲ ਹੈ ਤੈਨੂੰ ਕਿੱਦਾਂ ਸਮਝਾਵਾਂ ਯੋਗਟ ਉਹ ਕਹਿੰਦਾ ਚੱਲ ਮੈਂ ਤੈਨੂੰ ਦੱਸਦਾ ਯੋਗਟ ਹੁੰਦਾ ਮੋਰਨਿੰਗ ਸਲੀਪਿੰਗ ਇਨ ਦਾ ਨਾਈਟ ਮੋਰਨਿੰਗ ਟਾਈਟ ਕਿ ਉਹ ਇਕੱਠਾ ਹੋ ਜਾਂਦਾ ਉਹ ਕਹਿੰਦਾ ਆਹ Now I go back to England and I do marketing. So shuru karta hai na ne fruit yogurt. Aisle pare ne yogurt and fruit don't go together. Okay. Because yogurt is a dairy product. Haan ji. Fruit jada paande ne with fruit yogurts is sirf western diets diya jiba ban gaya ne. Aur 40-40 foot long yogurts diya flavors ban gaye ne. It is a situation jithe saadi immune system low ho janda. Dahi lo, soya dahi lo. Par season aur mutabak de naal ke summer de vich lassi piyo. ਇੰਡੀਆ ਵਿੱਚ ਲੈਣੀ ਅਵਸ਼ ਠੀਕ ਹੈ ਗਰਮੀ ਦੇ ਵਿੱਚ ਅਨਾਰ ਜੂਸ ਲੈਣਾ ਬਹੁਤ ਜ਼ਰੂਰੀ ਆ ਮੈਲਨ ਜੂਸ ਗੰਨੇ ਦਾ ਰਸ ਕਿਉਂ ਲਈਦਾ ਇੰਡੀਆ ਪਤਾ ਨਹੀਂ ਬਟ ਬਹੁਤ ਸਵਾਦ ਹੁੰਦਾ ਹੈ ਜੌਂਡਿਸ ਤੋਂ ਬਚਣ ਲਈ ਹਾਂਜੀ ਬਿਕੋਜ਼ ਪੀਲੀਆ ਹੋ ਜਾਂਦਾ ਯੂ ਨੋ ਜੌਂਡਿਸ ਦੈਟ ਟਾਈਮ ਉਦੋਂ ਤੁਸੀਂ ਨਿੰਬੂ ਪਾਓ ਤੇ ਅਦਰਕ ਪਾਓ ਪਰ ਲੋਕੀ ਇਹ ਚੀਜ਼ਾਂ ਦੇਖਦੇ ਨੇ ਨਾਰੀਅਲ ਦਾ ਪਾਣੀ ਆਪਾਂ ਖੁਦ ਇੱਥੇ UK ਦੇ ਵਿੱਚ ਮੇਰੇ ਤਕਰੀਬਨ 3 ਬੋਟਲਾਂ ਪਿਓਰ ਨਾਰੀਅਲ ਵਾਟਰ ਹੈ ਐਵਰੀ ਡੇ ਰਾਈਟ ਔਰ ਇਸ ਦੇ ਨਾਲ ਨਾਲ ਜਿਹੜਾ ਆਪਾਂ ਸੋਨਾ ਲੈ ਕੇ ਆਉਂਦਾ ਸਾਰੇ ਕਹਿੰਦੇ ਸੀ ਕਿ ਸੋਨਾ ਦਿਖਾਇਓ ਔਰ ਥੋੜੇ ਟਾਈਮ ਦੇ ਵਿੱਚ ਤੁਹਾਨੂੰ ਸੋਨਾ ਵੀ ਦਿਖਾਵਾਂਗੇ ਜਿਹੜਾ ਅਸੀਂ ਖੁਦ ਛਕਦੇ ਹਾਂ ਪਿਓਰ 24 ਕੈਰਟ ਗੋਲਡ ਸੋਨਾ ਸੰਗਤੋਂ ਕਦੇ ਪਾਉਣ ਦੇ ਵਿੱਚ ਬਿਲਕੁਲ ਸ਼ੌਂਕ ਨਹੀਂ ਹੈਗਾ ਪਰ ਖਾਣ ਦੇ ਵਿੱਚ ਬੜਾ ਚੰਗਾ ਲੱਗਦਾ ਬਿਕੋਜ਼ ਇਹ ਤੁਹਾਡਾ ਇਮਿਊਨ ਸਿਸਟਮ ਹੈਨਾ ਸੋ ਜਦੋਂ ਫਲੂ ਹੁੰਦਾ ਕਈਆਂ ਨੂੰ ਗਲੈਂਡੂਲਰ ਫਲੂ ਹੁੰਦਾ ਗਲੇ ਪੈ ਜਾਂਦੇ ਨੇ ਖਾਂਸੀ ਹੁੰਦੀ ਆ ਜਦੋਂ ਮੱਥਾ ਕੁੱਟ ਹੁੰਦਾ ਉਦੋਂ ਇੰਨੀਆਂ ਵਾਈਟ ਸੈੱਲ ਇਕੱਠੀਆਂ ਹੋ ਜਾਂਦੀਆਂ ਜਦ ਕੇ ਚਪਕ ਜਾਂਦੀਆਂ ਉੱਥੇ ਕੰਸਟ੍ਰਿਕਸ਼ਨ ਹੋ ਜਾਂਦੀ ਕਸ ਹੋ ਜਾਂਦਾ ਸਿਰ ਇਟਸ ਫਾਈਟਿੰਗ ਐਨ ਇਨਫੈਕਸ਼ਨ ਰਾਈਟ
सिंपल तरीका हैगा कि जो तुहानू जुकाम फ्लू होवे यू नो बॉडी ब्रशिंग करो हॉट ड्रिंक्स लैने ओदे बारे भी दसते जावांगे और हंगरी दे विच जो मैं एक प्रोजेक्ट कर रही थी 2 साल पहला नोट किया कि नवे साल वाले दिन हंगरी वाले मसरां दी दाल तो पहला कुछ भी नहीं खांदे ए सगन है एक ठंड बड़ी होंगी -26 डिग्री ओ टाइम बुडापेस्ट हुंदा और मसरां दी दाल साबत जेड़े मेरे बच्चे कहंदे मम्मी ने आज स्पेस सॉसर बनाई है ओवल हुंदी है ना वी कॉल इट स्पेस सॉसर दाल सो ओ सगन पहला सगन उन्हां दा टुटदा नवे साल दा डाइट हैगा मसरां दी दाल दा सूप एक ठंड हुंदी है ते विच रेड चिली वगैरह पा के दिमे एक मसरां दी दाल दा सूप सो जे ओ कर रहे हैं असी भूल गए यू नो सो वी हैव फॉरगॉटन समथिंग जदो साडा शरीर फाइट कर रहा है ओदो तुसी पट्टी रखो गले ते पट्टी रखो सिर ते बिकॉज रेशा आपां तोड़नी है पर ये रेशा बनी क्यों बिकॉज साडे खाने गलत सीगे वायरसिस बड़े फैल रहे ने इस वेले भी और डस्ट माइट वायरसिस है कारपेट ते वायरसिस डिगदे ने मैं दिल्ली दे ਹਾਂ ਫਰੈਂਡਸ ਤੇ ਗਈ ਸੀਗੀ ਤੇ ਮੈਂ ਰਾਤ ਨੂੰ ਨਾ 2 ਤੋਂ 6 ਵਜੇ ਮੈਨੂੰ ਤੜਫਣਾ ਹੋਣੀ ਮੈਂ ਖੋਜ ਕਰਨੀ ਇੰਨੀ ਜ਼ਿਆਦਾ ਮੈਂ ਕਿਹਾ ਥੋੜਾ ਸੁੜਕ ਸੁੜਕ ਕਰਨਾ ਮੈਂ ਕਿਹਾ ਇਹ ਕਿਆ ਬਾਤ ਹੈ ਲਾਈਫ ਦੇ ਵਿੱਚ ਕਦੀ ਮੈਨੂੰ ਜੁਕਾਮ ਫਲੂ ਨਹੀਂ ਹੋਇਆ ਵਟਸ ਹੈਪਨ ਟੱਚ ਵੁੱਡ ਮੈਂ ਉਹਨੂੰ ਪੁੱਛਿਆ ਕਿ ਮੈਨੂੰ ਰਾਤ ਦੇ 2 ਤੋਂ ਲੈ ਕੇ 6 ਵਜੇ ਤੜਫਣਾ ਹੁੰਦੀ ਮੈਨੂੰ ਲੱਗਦਾ ਤੇਰੇ ਬੈੱਡ 'ਚ ਮਾਂਗੜੂ ਵਾਂ ਮੈਂ ਕਿਹਾ ਕਿੰਨੇ ਸਾਲ ਹੋ ਗਏ ਬੈੱਡ ਝਾੜਿਆ ਕਹਿੰਦੇ 45 ਈਅਰਸ ਹੋ ਗਏ ਜਦ ਦਾ ਬੈੱਡ ਲਿੱਤਾ ਕੱਢਿਆ ਹੀ ਨਹੀਂ ਬਾਹਰ ਮੈਂ ਕਿਹਾ ਕਦੀ ਗੱਡਾ ਨਹੀਂ ਉਲਟਾਇਆ ਕਦੀ ਇਹਨੂੰ ਧੁੱਪੇ ਨਹੀਂ ਰੱਖਿਆ ਕਦੀ ਇਹਨੂੰ ਝਾੜਿਆ ਨਹੀਂ ਕਹਿੰਦੇ ਨੋ ਮੈਂ ਕਿਹਾ ਉਹ ਪਰਟੀਕੂਲਰ ਇਸ ਫੈਮਿਲੀ ਦੀ ਪ੍ਰੋਬਲਮ ਸੀ ਇਟਸ ਨਾਟ ਵਿਦ ਐਵਰੀ ਫੈਮਿਲੀ ਮੈਂ ਇਸ ਬੈੱਡ ਤੇ ਨਹੀਂ ਸੌ ਸਕਦੀ ਔਰ ਮੈਂ ਜਿਹੜੇ 3 ਦਿਨ ਔਕੇ ਸਕੇ ਕੱਢੇ ਸੱਟੀ ਤੇ ਸੋ ਕੇ ਮੁੜ ਕੇ ਨਹੀਂ ਆਪਾਂ ਫਿਰ ਮਤਲਬ ਕੰਫਰਟ ਦੇ ਵਿੱਚ ਹੋਰ ਜਾਓ ਥਾਂ ਪਰ ਡਸਟ ਮਾਈਟਸ ਤਾਂ ਔਰ ਜਿਹੜੇ ਹੈਗੇ ਨੇ ਬੈਕਪੈਕਰਸ ਗੋਰੇ ਗੋਇੰਗ ਫਰਮ ਕੰਟਰੀ ਟੂ ਕੰਟਰੀ ਇਹ ਵੀ ਡਸਟ ਮਾਈਟਸ ਇਹ ਮਾਂਗੜੂ ਬਹੁਤ ਲਿਆ ਰਹੇ ਨੇ ਹਾਂਜੀ ਸਾਊਥਲ ਦਾ ਔਸ਼ਵਲਡ ਰੋਡ ਜਿਹੜਾ ਗੁਰਦੁਆਰਾ ਹੈਗਾ ਉੱਥੇ ਘਰ ਸੀਗੇ ਜਿਹੜੇ ਕਾਉਂਸਲ ਨੇ ਬੰਦ ਕਰਤੇ ਸੀਗੇ ਬਿਕੋਜ਼ ਆਫ ਦੈਮ ਫਿਊਮੀਗੇਟ ਕਰਨੇ ਸੀਗੇ ਡਸਟ ਮਾਈਟ ਹਾਂਜੀ ਯੂ ਨੋ ਇਹ ਵੀ ਕੋਲਡ ਕਰਦੇ ਨੇ ਬਿਕੋਜ਼ ਸਾਡਾ ਇਮਿਊਨ ਸਿਸਟਮ ਸਲੋ ਹੋ ਗਿਆ ਫਿਰ ਆ ਜਾਂਦਾ ਹੈ ਜਦੋਂ ਆਪਣੇ ਘਰਾਂ ਵਿੱਚ ਵਾਲਪੇਪਰ ਹੁੰਦਾ ਆਪਾਂ ਜਿਹੜਾ ਜਾਲਾ ਝਾੜਦੇ ਨੀ ਉਹਦੇ ਤੇ ਵੀ ਆਪਣੀ ਕੋਲਡ ਦੇ ਜਿਹੜਾ ਵਾਇਰਸ ਆ ਛਿੱਕ ਮਾਰੀ ਇੱਕ ਪ੍ਰਾਹੁਣਾ ਆਇਆ ਉਹਨੂੰ ਜ਼ੁਕਾਮ ਸੀਗਾ ਉੱਥੇ ਚੁੰਬੜ ਗਏ ਦੇਖੋ 30 ਫੁੱਟ ਉੱਚਾ ਉਹ ਵਾਇਰਸ ਸਰਫੇਸ ਤੇ ਚੱਲ ਜਾਂਦੇ ਐਂਡ ਦੈਨ ਯੂ ਇਟ ਜਸਟ ਫੋਰ ਦੈਟ ਆਵਰਸ ਕਿੰਨੇ ਘੰਟੇ ਉਹ ਵਾਇਰਸ ਜੀਂਦਾ Yeah, right. 3 hours that virus survives. Sometime, koi bhi banda ho raave jeda immune system low, onu mil jana. Right. Baki saadi hygiene bahut poor hai. Apa kehne assi western country cha. Sab to jyada gandiyan cheezan England de vich eh hai gaya trolleyan. Ji. ਟਰਾਲੀਆਂ ਦੇ ਉੱਪਰ ਇੰਨੇ ਜ਼ਿਆਦਾ ਟੋਇਲਟ ਸਪੈਸੀਮੈਂਸ ਤੇ ਯੂਰਿਨ ਸਪੈਸੀਮੈਂਸ ਅਪ ਟੂ 8 ਡਿਫਰੈਂਟ ਟੋਇਲਟ ਐਂਡ ਯੂਰਿਨ ਸਪੈਸੀਮੈਂਸ ਤੇ ਅਸੀਂ 99% ਐਂਟੀ ਬੈਕਟੀਰੀਅਲ ਮਿਲਦਾ ਜਾਂ ਲਿਕੁਇਡ ਉਹਨੂੰ ਵਾਈਪ ਕਰਕੇ ਵਾਈਪਸ ਲੈ ਕੇ ਫਿਰ ਟਰਾਲੀ ਨੂੰ ਹੱਥ ਲਾਈਦਾ ਬਿਕੋਜ਼ ਉੱਥੇ ਵੀ ਛੱਡਿਆ ਹੋਇਆ ਤੁਹਾਡੇ ਨੱਕ ਨੂੰ ਫਲੂ ਜ਼ੁਕਾਮ ਹੋ ਸਕਦਾ ਬੀਬੀਆਂ ਜਿਹੜੀਆਂ ਟੋਇਲਟ ਵਿੱਚ ਜਾਂਦੀਆਂ ਗੁਰਦੁਆਰੇ ਤੇ ਤੁਸੀਂ ਬੋਟਲ ਵਰਤਦੀਆਂ ਲੈਟਰਿਨ ਜਾ ਕੇ ਔਰ ਫਿਰ ਤੁਸੀਂ ਨੌਵਾਂ ਨੂੰ ਬਰਸ਼ ਨਹੀਂ ਕਰਦੀਆਂ ਔਰ ਫਿਰ ਤੁਸੀਂ ਫੁਲਕੇ ਪਕਾਉਂਦੀਆਂ ਐਂਡ ਦੈਟਸ ਵੈਨ ਦੇ ਇਜ਼ real contamination of parasites and flus that last week main pinniyan band kartiyan guess what order nahi gaye ji kyon mere do patients nu flu zukam ho gaya oh kehnde assi aa jange main ke bilkul nahi aana jadon flu khatam hoega main ho staff nal manage kar jangi tusi nahi aana right because they can contaminate right because ek tissue vart ke tissue sitna nahi ਤੇ ਉਹ ਕੰਟੈਮੀਨੇਸ਼ਨ ਹੋ ਗਿਆ ਹਾਂਜੀ ਆਈ ਐਮ ਵੈਰੀ ਸਟ੍ਰਿਕਟ ਲਾਈਕ ਦੈਟ ਦਿਸ ਇਜ਼ ਵਾਈ ਫਾਸਟ ਫੂਡ ਹੈਜ਼ ਬਿਕਮ ਅ ਸਿੱਕ ਫੂਡ ਐਜ਼ ਵੈਲ ਯੈਟ ਸਵਾਦ ਲੱਗਦਾ ਲੋਕਾਂ ਨੂੰ ਚਟਪਟੇ ਲੱਗਦੇ ਕਿ ਅੱਜ ਖਾਣਾ ਨਹੀਂ ਪਕਾਉਣਾ ਪੈਣਾ ਤੇ ਬੀਬੀਆਂ ਸਾਰਾ ਸਾਊਥ ਹਲ ਫਿਲੇ ਗਈਆਂ ਚੱਪਲ ਵੀ ਲੈ ਗਈਆਂ ਕੱਪੜਾ ਵੀ ਲੈ ਗਿਆ ਸ਼ਾਮ ਪਏਗੀ ਤੇ ਬੀਬੀਆਂ ਫਿਰ ਨਖਰਾ ਕਰੇਗੀ ਅੱਜ ਮੇਰਾ ਲੱਕ ਬੜਾ ਦੁਖਦਾ ਗੋਲ ਗੱਪੇ ਵੀ ਖਾ ਜਾਂਦੇ ਉਹਨੇ ਪੈਸ਼ਨ ਫਰੂਟ ਵੀ ਪੀ ਜਾਂਦਾ ਫਲੂਦਾ ਵੀ ਖਾ ਜਾਂਦਾ ਸ਼ਾਮ ਨੂੰ ਫਿਰ ਪ੍ਰਾਹੁਣਾ ਕਹਿੰਦਾ ਚੱਲ ਤੂੰ ਏਦਾਂ ਘਰ ਆਰਾਮ ਕਰ ਲਾ ਤੇ ਮੈਂ ਪੀਜ਼ਾ ਮੰਗਾ ਲੈਣਾ ਫਿਰ ਪੀਜ਼ਾ ਆਉਂਦਾ ਫਿਰ ਚੱਲ ਤੂੰ ਖਾਏਂਗੇ ਮੇਰੀ ਜਾਨ ਬਸ ਥੋੜਾ ਕੁ ਦੇ ਦੋ ਥੋੜਾ ਕੁ ਖਾ ਲੈਣੀ ਆ ਯੂ ਨੋ ਮੇਕ ਫੂਡ ਹੈਲਦੀ ਫੂਡ ਫੋਰ ਯੋਰ ਚਿਲਡਰਨ ਮੈਂ ਉਮੀਦ ਕਰਦੀ ਹਾਂ ਕਿ ਯੂ ਨੋ ਆਈ ਐਮ ਹੋਪਿੰਗ ਕਿ ਨਵੀਆਂ ਕੁੱਕ ਸ਼ੋਅ ਸੈਟਰਡੇ ਸ਼ੁਰੂ ਹੋ ਜਾਣ ਮੇਰੇ ਕੰਨ ਪੱਕ ਗਏ ਸੀ ਦਿਸ ਸੈਟਰਡੇ ਬਿਕੋਜ਼ ਕੁੱਕ ਸ਼ੋਅ ਆਇਆ ਨੀ ਕਿੱਥੋਂ ਆਸਟ੍ਰੇਲੀਆ ਤੋਂ ਪਰਥ ਤੋਂ ਕਾਲਸ ਆ ਰਹੇ ਸੀਗੇ ਕਿ ਸਾਡਾ ਸ਼ੋਅ ਕਿਉਂ ਨਹੀਂ ਆ ਰਿਹਾ ਰਾਈਟ ਸੋ ਆਫਟਰ ਸਮ ਟਾਈਮ ਆਈ ਸਟਾਪਡ ਆਨਸਰਿੰਗ ਮਾਈ ਕਲੀਨਿਕ ਫੋਨ ਅਦਰਵਾਈਜ਼ ਜਸਟ ਯੂ ਨੋ ਮੇਕ ਅ ਯਰਸੈਲਫ ਇੰਨਾ ਕਰ ਲੋ ਕਿ ਤੁਹਾਡੇ ਪਾਰਟਨਰ ਨੂੰ ਵੀ ਖਾਣਾ ਬਣਾਉਣਾ ਆ ਜਾਏ
ਚੰਗੀ ਤਰ੍ਹਾਂ ਹੱਥ ਧੋਵੋ, ਵਾਈਪ ਯੋਰ ਹੈਂਡ ਜਦੋਂ ਫਲੂ ਟਰੋਲੀ ਜਿਹੜੀਆਂ ਸਟੋਰਾਂ ਦੀਆਂ ਉਹਨਾਂ ਦਾ ਧਿਆਨ ਰੱਖੋ ਟੂ ਸਟੋਪ ਗੈਟਿੰਗ ਕੰਟੈਮੀਨੇਸ਼ਨ. ਇੱਥੇ ਦੀ ਟਰੋਲੀ ਕਈ ਵਾਰੀ ਸਟੋਰ ਦੀ ਜਪਾਨ 'ਚ ਮਿਲਦੀ ਉਹ ਟਰੋਲੀ ਕਿੱਦਾਂ ਬਣ ਜਾਂਦੀ. ਸੋ ਜਿਹੜੇ 2-3 ਦਿਨ ਤੁਹਾਨੂੰ ਜ਼ੁਕਾਮ ਜਿਹੜਾ ਹੋਣਾ ਆ ਔਰ ਹੁੰਦਾ ਸੀਗਾ, ਅੱਜ ਕੱਲ੍ਹ 4-4 3-3 ਹਫ਼ਤੇ ਪਰ ਉਹਦੇ ਸਾਈਡ ਇਫੈਕਟਸ ਕਿਉਂ ਹੋ ਰਹੇ ਆ? ਬਿਕੋਜ਼ ਤੁਹਾਡੀ ਬਾਡੀ ਦਾ ਜਿਹੜਾ ਇਮਿਊਨ ਸਿਸਟਮ ਹੈ ਨਵੇਂ ਸੈੱਲ ਬਣ ਨਹੀਂ ਰਹੇ, ਮਸਕੂਲਰ ਫੀਵਰ ਅਟੈਕ ਕਰ ਲੈਂਦਾ ਮਸਲਸ ਨੂੰ ਟੂ ਦਾ ਪੁਆਇੰਟ ਕਿ ਲੋਕਾਂ ਨੂੰ ਮਸਕੂਲਰ ਫੀਵਰ ਤੇ ਟੁੱਟੇ ਹੰਬੇ ਹੁੰਦੇ ਨੇ. ਕੋਲਨ ਓਬਵੀਅਸਲੀ ਇਜ਼ ਦਾ ਬਿਗੈਸਟ ਸਿਚੁਏਸ਼ਨ. ਕ੍ਰਿਸਮਸ ਟਾਈਮ ਵੀ ਆਪਾਂ ਦੇਖੋ ਕਿਉਂ ਕ੍ਰਿਸਮਸ ਟਾਈਮ ਇੰਨਾ ਜ਼ਿਆਦਾ ਫਲੂ ਜ਼ੁਕਾਮ ਹੁੰਦਾ, ਬਿਕੋਜ਼ ਔਰ ਕ੍ਰਿਸਮਸ ਤੋਂ ਬਾਅਦ ਸ਼ੂਗਰ ਰਾਈਟ ਫਰੋਮ ਅਕਟੋਬਰ ਤੋਂ ਲੈ ਕੇ ਗੋਰੇ ਤਾਂ ਇੱਦਾਂ ਖਾਂਦੇ ਆ ਜਿਹਦਾ ਇਹਨਾਂ ਨੇ ਕਦੀ ਮੁੜ ਕੇ ਖਾਣਾ ਦਿਖਣਾ ਹੀ ਨਹੀਂ. ਔਰ ਫਿਰ ਫਸਟ ਥਿੰਗ ਕਿਹੜੀ ਵਿਕਦੀ ਕ੍ਰਿਸਮਸ ਤੋਂ ਬਾਅਦ? ਮੈਡੀਸਿਨਸ. ਫਸਟ ਥਿੰਗ ਕ੍ਰਿਸਮਸ ਤੋਂ ਬਾਅਦ ਜਿਹੜੀ 26 ਤਰੀਕ ਵਿਕਦੀ ਆ ਉਹ ਹੈਗੀ ਆ ਐਂਟਾ ਐਸਿਡ, ਬਿਕੋਜ਼ ਡਕਾਰ ਔਰ ਗੈਸ ਇੰਨਾ ਹੁੰਦਾ ਇਹਨਾਂ ਨੂੰ ਔਰ ਬੈਟਰੀਆਂ ਰਾਈਟ ਬੱਚਿਆਂ ਵਾਸਤੇ ਐਂਟਾ ਐਸਿਡਸ ਐਂਡ ਦੈਨ ਕਮਸ ਇਨ ਕੋਲਡ ਐਂਡ ਫਲੂਸ ਐਂਡ ਉਹੀ ਟਾਈਮ ਬੱਚਿਆਂ ਦੇ ਇਮਿਊਨ ਸਿਸਟਮ ਸਲੋ ਹੋ ਜਾਂਦਾ. ਸੋ ਮੇਰਾ ਤੇ ਇਹੀ ਆ, ਮੈਂ ਆਪਣੀ ਆਵਾਜ਼ ਦੇ ਕੇ ਚੱਲ ਜੂੰਗੀ. ਮੈਂ ਕੱਲ ਪਰਸੋਂ ਹੱਸ ਰਹੀ ਸੀ ਬੱਚਿਆਂ ਨਾਲ ਜਦੋਂ ਅਸੀਂ ਬਰਥਡੇ ਸੈਲੀਬ੍ਰੇਟ ਕਰ ਰਹੇ ਸੀ. ਮੈਂ ਕਿਹਾ ਜਦੋਂ ਮੈਂ ਧਰਤੀ ਵਿੱਚ ਬੱਚਿਆਂ ਨੂੰ ਕਿਹਾ ਮੇਰਾ ਸੰਸਕਾਰ ਨਾ ਕਰਿਓ, ਮੈਨੂੰ ਨਾ ਬਰੀ ਕਰਿਓ, ਦਫ਼ਨ ਨਾ ਕਰਿਓ, ਤੇ ਮੈਂ ਕਿਹਾ ਮੈਂ ਉਦੋਂ ਵੀ ਮਾਈਕ ਲੈ ਕੇ ਸਿੱਖ ਚੈਨਲ ਦੀ ਬੁਲੰਦ ਆਵਾਜ਼ ਨਾਲ ਕਰਦੀ ਰਹੂੰਗੀ ਕਿ ਪਿੰਨੀਆਂ ਖਾਓ ਪਾਈਓ, ਬੀਬੀਓ ਪਿੰਨੀਆਂ ਖਾਓ. ਮੈਂ ਡੱਬੇ ਚੋਂ ਬੋਲਦੀ, ਜੇ ਅਗਰ ਪਿੰਨੀਆਂ ਖਾਣੀ ਹੋਏ ਤੇ ਕਿੱਦਾਂ ਖਾਣੀ ਚਾਹੀਦੀ ਹੈ? ਇੱਕ ਪਿੰਨੀ ਦਿਨ ਦੀ ਬਹੁਤ ਹੈ, ਇੱਕ ਪਿੰਨੀ ਸਵੇਰ ਨੂੰ, ਡਿਪੈਂਡ ਕਰਦਾ ਕਿਹੜਾ. ਇਹ ਲਸਣ ਵਾਲੀਆਂ ਪਿੰਨੀਆਂ, ਬਿਲੀਵ ਇਟ ਆਰ ਨਾਟ, ਔਰ ਇਹਦੇ ਵਿੱਚ ਇਮਿਊਨ ਸਿਸਟਮ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਅੱਜ ਜਿਹੜੀਆਂ ਕਿ ਇਟਸ ਮੈਂਟਲ ਐਂਡ ਫਿਜ਼ੀਕਲ ਪਰਫਾਰਮੈਂਸ ਰਾਈਟ ਐਂਡ ਮਰਦਾਨਾ ਤਾਕਤ ਜੀ, ਇਟਸ ਲਾਈਕ ਵਾਇਆਗਰਾ. ਸੋ ਆਈ ਵੋਂਟ ਸੇ ਮੱਚ ਅਬਾਊਟ ਦੈਟ. ਸੋ ਟੇਕ ਅਵੇਜ਼ ਤੋਂ ਜੇ ਆਪਾਂ ਬੱਚੀਏ ਤੇ ਬੈਡ ਫੈਟਸ ਹੁੰਦੇ ਨੇ, ਘਰ ਦੇ ਫੈਟਸ ਹੁੰਦੇ ਨੇ, ਵਧੀਆ ਹੁੰਦੇ ਨੇ, ਘਿਓ ਆਪਾਂ ਵਰਤਦੇ ਨੇ ਉਹ ਵਧੀਆ ਹੁੰਦਾ, ਐਂਡ ਮਾਊਥ ਜਿਹੜਾ ਆਪਾਂ ਜਦੋਂ ਵੀ ਖਾਂਸੀ ਕਰਦੇ ਹਾਂ ਰੁਮਾਲ ਰੱਖੋ ਮੋਹਰੇ, ਪਰ ਉਹਨੂੰ ਵਾਰ ਵਾਰ ਨਾ ਯੂਜ਼ ਕਰੋ, ਸੁੱਟ ਦਿਓ, ਹਨਾ. ਕਿਚਨ ਦੇ ਵਿੱਚ ਸਰਫੇਸਿਸ ਸਾਫ਼ ਕਰਨੇ ਬਿਲਕੁਲ ਬੜਾ ਜ਼ਰੂਰੀ ਆ. ਸਿੰਪਲ ਤਰੀਕਾ ਇਹ ਹੈਗਾ ਆ ਕਿ ਤੁਸੀਂ ਔਰੇਂਜ ਜਿਹੜਾ ਔਰੇਂਜ ਫਲੇਵਰ ਹੁੰਦਾ ਜਾਂ ਲੈਮਨ ਚਿਫ ਲੈਮਨ ਦੇ ਵਰਤੋ, ਹਾਂ ਸਿਟਰਸ ਚੀਜ਼ਾਂ, ਬਿਕੋਜ਼ ਇਹਦੇ ਨਾਲ ਜੇ ਘਰ ਜ਼ੁਕਾਮ ਫਲੂ ਹੈ ਤੇ ਗੱਠਾ ਕੱਟ ਕੇ ਰੱਖੋ, ਗੱਠਾ ਪਿਆਜ਼ ਕੱਟ ਕੇ ਰੱਖੋ, ਤੇ ਜਿਹਨੂੰ ਜ਼ਿਆਦਾ ਬੁਖਾਰ ਆ ਉਹਦੇ ਸਰਾਣੇ ਦੇ ਕੋਲ ਰੱਖੋ, ਨਾ ਬਿਲਕੁਲ ਪਰ ਬੈੱਡ ਸਾਈਡ ਤੇ, ਔਰ ਸਵੇਰ ਨੂੰ ਦੇਖਿਓ ਕਿ ਉਹ ਗੱਠਾ ਕਾਲਾ ਹੋਇਆ ਹੋਏਗਾ, ਯਾ ਪਿਆਜ਼ ਕਾਲਾ ਹੋਇਆ ਹੋਏਗਾ, ਬਿਕੋਜ਼ ਇਟਸ ਪੁਲਡ ਅਵੇ ਆਲ ਦਾ ਟੌਕਸਿਨ. ਪਰ ਬੀਬੀਆ ਕਦੀ ਕੱਟਿਆ ਹੋਇਆ ਗੱਠਾ ਦੂਸਰੇ ਦਿਨ ਵਾਸਤੇ ਨਾ ਰੱਖੋ, ਬਿਲਕੁਲ ਜ਼ਹਿਰ ਦਾ ਘਰ ਹੋ ਜਾਂਦਾ, ਬਿਕੋਜ਼ ਉਹਨੇ ਸਾਰੇ ਤੁਹਾਡੀ ਰਸੋਈ ਦੇ ਵਿੱਚੋਂ ਬੈਕਟੀਰੀਆ ਚੱਕ ਲੈਣਾ. ਉਹਨੂੰ ਜਾਂ ਤਾਂ ਫਿਰ ਤੁਸੀਂ ਨਿੰਬੂ ਪਾ ਕੇ ਰੱਖੋ ਜਾਂ ਸਿਰਕਾ ਪਾ ਕੇ ਰੱਖ ਦੋ, ਦੈਟ ਇਜ਼ ਸੇਫ. ਪਰ ਪੀਸਿਆ ਹੋਇਆ ਗੱਠਾ ਕਦੀ ਫ੍ਰਿਜ ਨਾ ਰੱਖੋ, ਬਿਕੋਜ਼ ਦੈਟ ਇਜ਼ ਰੀਅਲੀ ਟੌਕਸਿਕ. ਸੋ ਯੂ ਨੋ ਮੇਰਾ ਤਾਂ ਇਹੀ ਹੈ ਕਿ ਜਦੋਂ ਆਪਾਂ ਫਲੂ ਜ਼ੁਕਾਮ ਹੁੰਦਾ ਡੋਂਟ ਗੋ ਔਨ ਐਂਟੀਬਾਇਓਟਿਕਸ. ਜਿਹੜੇ ਖਾਣੇ ਆਪਾਂ ਦੱਸਾਂਗੇ ਉਹ ਬੜੇ ਵਧੀਆ ਆ, ਜੇ ਆਪਾਂ ਸੈਟਸੂਮਾਸ ਲੈ ਲਓ ਜਿਹਨੂੰ ਆਪਾਂ ਸੰਤਰਾ ਕਹਿੰਦੇ, ਨਾਟ ਔਰੇਂਜਿਸ, ਦੈਟ ਇਜ਼ ਗੋਟ ਲੋਟ ਆਫ ਵਿਟਾਮਿਨ ਸੀ. ਸਾਰਿਆਂ ਨੂੰ ਪਤਾ ਕਿ ਵਿਟਾਮਿਨ ਸੀ ਬੜੀ ਜ਼ਰੂਰੀ ਹੈਗੀ ਆ, ਐਂਡ ਨੋਟ ਕੀਤਾ ਗਿਆ ਕਿ ਬੀਬੀਆਂ ਨੂੰ ਜ਼ਿਆਦਾ ਜ਼ੁਕਾਮ ਹੁੰਦਾ ਆ ਮਰਦਾਨਾ. ਓਕੇ, ਔਰ 70% ਐਬਸੈਂਟੀ ਇਨ ਕੰਪਨੀਜ਼ ਇਜ਼ ਬੈਕਏਕ ਐਂਡ ਕੋਲਡਸ. ਹਾਂਜੀ, ਐਂਡ ਦਾ ਸੇਮ ਕਿ ਸੀਜ਼ਨਲ ਫਲੂ ਦੇ ਨਾਲ ਬੱਚਿਆਂ ਨੂੰ ਇੰਨਾ ਐਬਸੈਂਟੀ ਹੋਣਾ ਪੈਂਦਾ. ਮੈਨੂੰ ਲੱਗਦਾ ਟੂ ਰਿਕਾਰਡ ਟੂ ਡੇਟ ਮੇਰੇ ਬੱਚਿਆਂ ਨੇ ਰਾਈਟ ਅਪ ਟੂ 16 ਸਾਲ ਦੀ ਉਮਰ ਤੇ ਸਿਰਫ ਇੱਕ ਵਾਰੀ ਸਕੂਲ ਮਿਸ ਕੀਤਾ ਜੀ ਇਨ ਦੇ ਹੋਲ ਪੀਰੀਅਡ. ਤੋਂ ਪਹਿਲਾਂ ਆਪਾਂ ਕਾਲ ਲਵਾਂਗੇ ਤੁਹਾਡੇ ਚ ਆਪਣੇ ਸ਼ੋਅ ਵਿੱਚ ਹੈਲਦੀ ਲਿਵਿੰਗ ਵਿਦ ਮਨਜੀਤ ਕੌਰ. ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ. ਹੈਲੋ ਜੀ, ਤੁਹਾਡੀ ਗੱਲ ਸੁਣਦੇ ਪਏ ਨੇ? ਹਾਂਜੀ, ਮੇਰੀ ਬੇਟੀ 12 ਸਾਲਾਂ ਦੀ ਆ, ਉਹਨੂੰ 2 ਸਾਲ ਹੋ ਗਏ, ਥਾਇਰੋਇਡ ਆ, ਉਹਦੀ ਗੋਲੀ ਅੱਗੇ 50 ਸੀ, ਅਪ ਚੱਲ ਗਈ, ਉਹਦਾ ਕੋਈ ਹੈਗੀ ਮੈਡੀਸਨ? ਥਾਇਰੋਇਡ ਦੀ ਮੈਡੀਸਿਨ ਕਰਦੇ ਆ ਭੈਣ, ਬਟ ਬਹੁਤ ਕੰਪਲੈਕਸ ਮਸਲਾ ਹੁੰਦਾ ਹੈ. ਮੇਰੀ ਕਲੀਨਿਕ ਵਿੱਚ ਫੋਨ ਕਰ ਲਓ ਜਾਂ ਅਪਾਇੰਟਮੈਂਟ ਲੈ ਲਓ ਬਰਮਿੰਗਮ ਜਾਂ ਮੇਰੀ ਲੰਡਨ ਦੀ ਕਲੀਨਿਕਸ ਵਿੱਚ,
ਤੇ ਉੱਥੇ ਤੁਹਾਨੂੰ ਮਿਲ ਸਕਦੇ ਨੇ ਬਹੁਤ ਬੱਚੀ ਉਮਰ ਦੀ ਘੱਟ ਹੈ ਮਾਈ ਗੋਡ ਹਾਂਜੀ ਹਾਂਜੀ ਮੈਨੂੰ ਵੀ ਮੈਂ ਤਾਂ 60 ਹੈ ਬਟ ਮੇਰੀ ਡੋਟਰ ਸ਼ੀ ਇਜ਼ 12 ਹੈ ਨਾ ਉਹਨੂੰ 2 ਸਾਲ ਹੋ ਗਏ ਹੋਈ ਨੂੰ ਵਾਹ 2 ਸਾਲ ਆਲਰੇਡੀ ਫਿਰ ਉਹ ਤਾਂ ਕੈਮਿਲ ਤੇ ਕਲ ਤੇ ਹੈਗੀ ਆਲਰੇਡੀ ਐਨੀਵੇ ਅਪਾਇੰਟਮੈਂਟ ਬਣਾ ਲਓ ਮੇਰੀ ਪੀਏ ਦੇ ਨਾਲ ਪਲੀਜ਼ ਮੇਰੀ ਕਲੀਨਿਕ ਤੇ ਅਪਾਇੰਟਮੈਂਟ ਨਹੀਂ ਬੰਦੀਆਂ ਸਿਰਫ ਮੇਰੀ ਪੀਏ ਦੇ ਨਾਲ ਹੈਗੀਆਂ ਜਿਹੜਾ ਹੇਠ ਲਿਖਿਆ ਨੰਬਰ ਹੈਗਾ ਉੱਤੇ ਫੋਨ ਕਰਕੇ ਤੁਸੀਂ ਇਹਦੇ ਬਾਰੇ ਡਿਟੇਲ ਚ ਗੱਲ ਕਰ ਸਕਦੇ ਜੇ ਕਲੀਨਿਕ ਤੇ ਫੋਨ ਕਰਦੇ ਸੰਗਤਾਂ ਟੈਲੀਫੋਨ ਨਹੀਂ ਛੱਡਦੀਆਂ ਨੰਬਰ ਵਾਹ ਮੈਨੂੰ ਇੱਥੇ ਫੋਨ ਕਰਿਓ ਇਸ ਤਰ੍ਹਾਂ ਨਹੀਂ ਹੁੰਦਾ ਪਲੀਜ਼ ਧੀਰਜ ਨਾਲ ਨੰਬਰ ਦੱਸੋ ਕਈ ਵਾਰ ਇਸਦੀ 4-4 ਵਾਰੀ ਮਸ਼ੀਨ ਰਿਵਾਈਂਡ ਕਰੀ ਦੀ ਆ ਤੇ ਸਾਨੂੰ ਨੰਬਰ ਨਹੀਂ ਪਤਾ ਲੱਗਦਾ ਪੇਸ਼ੈਂਟਸ ਦਾ ਹਨਾ ਕਾਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਇਸੇ ਨਾਲ ਅਸੀਂ ਨੈਕਸਟ ਕਾਲ ਵੀ ਲਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੁਸੀਂ ਆਪਣਾ ਕੁਐਸਚਨ ਪੁੱਛ ਸਕਦੇ ਵੀਰ ਜੀ ਮੈਂ ਦੱਸਾਂ ਮੈਂ ਪਾਕਿਸਤਾਨ ਤੋਂ ਐਮਐਸਏ ਆ ਪਾਕਿਸਤਾਨਸ ਐਮਐਸਏ ਆ ਥੋੜਾ ਵੀਜ ਤੇਜ਼ ਬੋਲੋਗੇ ਪਲੀਜ਼ ਐਮਐਸਏ ਐਮਐਸਏ ਵਾਇਰਸ ਪਾਕਿਸਤਾਨ ਯਾ Well, again, it's very complex. Come and see me in the clinic. We will scan karange and find out the exact organs that are malfunctioning. Ode naal thodi boost hoega and work with the autoimmune condition. Right. So, eh cheezaan, kahi cheezaan pa phone de upar dasi nahi sakte. Complexity bumariyan di anhi jada ya. Right. Heet likhe number te mera bhi phone karke. Te ade baare tusi detail chan laake ade baare gal kar sakte. Call karan was tar bodh bat anwaad ji. Vahe kuch ji khalsa vahe fateh ji. ਇਹ ਮਤਲਬ ਦੇ ਕਾਲਸ ਰੱਖੋ ਸੰਤੋ ਕੇ ਜੀ ਅਗੇ ਕੰਟੀਨਿਊ ਕਰੋ ਜਿੱਤੇ ਬਹੁਤ ਟਾਈਮ ਵੇਸਟ ਹੁੰਦਾ ਪਲੀਜ਼ ਗਿਵ ਮੀ ਟਾਈਮ ਟੂ ਸਪੀਕ ਟੂ ਪੀਪਲ ਜਿਹੜੇ ਬਹੁਤ ਕੀਨ ਲਿਸਨਰਸ ਆ ਔਰ £5.50 ਅ ਮਿੰਟ ਕਾਸਟ ਹੋ ਰਿਹਾ ਮੈਂ ਚਾਹਨੀ ਆ ਕਿ ਤੁਸੀਂ ਸਿੱਖ ਚੈਨਲ ਨੂੰ ਸਪੋਰਟ ਕਰੋ ਹੈਲਦੀ ਲਿਵਿੰਗ ਸ਼ੋਅ ਨੂੰ ਸਪੋਰਟ ਕਰੋ ਤੁਹਾਡੇ £5 ਐਵਰੀ ਮੰਥ 25 ਸੰਗਤ ਵੀ ਦੇਗੀ ਆਈ ਕੈਨ ਕੀਪ ਰਨਿੰਗ ਦਿਸ ਸ਼ੋਅ ਜੀ ਹਨਾ ਤੁਸੀਂ ਅੱਗੇ ਕੰਟੀਨਿਊ ਕਰ ਸਕਦੇ ਹੋ ਗਾਹ ਆਪਾਂ ਜੇ ਚੱਲੀਏ ਕਿ ਖਾਣੇ ਕਿਹੜੇ ਜ਼ਰੂਰੀ ਹੈਗੇ ਨੇ ਅਸੀਂ ਕਿਉਂ 10 ਗੁਣਾ ਜ਼ਿਆਦਾ ਲਿੰਫੈਟਿਕ ਸਿਸਟਮ ਜਿਹੜਾ ਟੌਕਸਿਕ ਵੇਸਟ ਨਾਲ ਰੈਜ਼ੀਡਿਊ ਇਕੱਠਾ ਹੋ ਜਾਂਦਾ ਜਿਹੜਾ ਧਰਤੀ ਤੋਂ 10 ਵਾਰੀ ਸਾਡੀ ਇਹ ਅੰਦੜੀ ਜਾਂਦੀ ਆ ਲਿੰਫ ਨਾਲ ਓਡੀਮਾ ਵੀ ਹੋ ਜਾਂਦਾ ਸੋਜ ਵੀ ਪੈ ਜਾਂਦੀ ਕਈ ਵਾਰੀ ਗੈਸਟ੍ਰਿਕ ਫਲੂ ਨਾਲ ਟੋਇਲਟਾਂ ਵੀ ਲੱਗ ਜਾਂਦੀਆਂ ਪੇਟ ਵੀ ਕਸ ਹੋ ਜਾਂਦਾ ਕਬਜ਼ ਹੋ ਜਾਂਦੀ ਬੱਚਿਆਂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਫਲੂ ਜ਼ੁਕਾਮ ਤੇ ਤਾਪ ਦੇ ਟਾਈਮ ਬੱਚੇ ਨੂੰ ਇੱਕ ਚੁਟਕੀ ਲੂਣ ਤੇ ਅੱਧਾ ਟੀਸਪੂਨ ਗਲੂਕੋਸ ਦਾ ਮਿਕਸ ਕਰਕੇ ਤਿਪਕਾ ਤਿਪਕਾ ਦੋ ਕਿ ਬੱਚਾ ਡੀਹਾਈਡਰੇਟ ਨਾ ਹੋਵੇ ਉਹਨੂੰ ਕਹਿੰਦੇ ਸਿੰਪਲ ਇਲੈਕਟ੍ਰੋਲਾਈਟਸ ਬੱਚੇ ਦੇ ਰੱਖਣੇ ਜ਼ਿਆਦਾ ਦੁੱਧ ਦਾ ਮਾਤਰਾ ਘਟਾ ਕੇ ਹਾਂਜੀ ORS ਕਹਿੰਦੇ ਜਿਹਨੂੰ ਜਸਟ ਇਲੈਕਟ੍ਰੋਲਾਈਟਸ ਹੁੰਦੇ ਨੇ ਵਾਟ ਸਾਲਟਸ ਲੈਵਲਸ ਬਤਾਣੇ ਤੇ ਬੱਚੇ ਦਾ ਦੁੱਧ ਦਾ ਮਾਤਰਾ ਘਟਾ ਕੇ ਡੈਂਸਿਟੀ ਜੇ ਪਾਊਡਰ ਮਿਲਕ ਦੇ ਆ ਥੋੜਾ ਘੱਟ ਕਰਕੇ ਪਰ ਬੱਚੇ ਨੂੰ ਹਾਈਡਰੇਟ ਕਰੋ ਬਹੁਤ ਜ਼ਰੂਰੀ ਆ ਹਾਈਡਰੇਸ਼ਨ ਕਰਨੀ ਬਿਕੋਜ਼ ਗੰਦ ਔਰ ਸਰੀਰ ਚੋਂ ਟੌਕਸਿਨਸ ਤਦੇ ਨਿਕਲੇਗੇ ਜੇ ਤੁਸੀਂ ਹਾਈਡਰੇਸ਼ਨ ਕਰੋਗੇ ਗਾਹਾਂ ਜੇ ਤੁਹਾਡੇ ਗਲੇ ਪਏ ਨੇ ਬੜਾ ਸਿੰਪਲ ਤਰੀਕਾ ਅੱਜ ਕੱਲ੍ਹ ਵੀਟ ਬੈਗ ਮਿਲਦੇ ਨੇ ਥਾਂ ਥਾਂ ਹੋਰ ਕੁਛ ਨਹੀਂ ਤੇ ਇੱਕ ਪੱਟੀ ਬਣਾ ਲਓ ਟਾਵਲ ਦੀ ਤੇ ਤੁਸੀਂ ਤਵੇ ਤੇ ਰੱਖ ਲਓ ਜਾਂ ਵੀਟ ਬੈਗ ਨੂੰ ਮਾਈਕ੍ਰੋਵੇਵ ਚ ਗਰਮ ਕਰਕੇ ਜਿੱਥੇ ਗਲੇ ਪਏ ਆ ਹਾਂਜੀ ਉੱਥੇ ਤੁਸੀਂ ਰੱਖਿਆ ਐਂਡ ਮੈਂ ਗਰੰਟੀ ਕਰਦੀ ਜੇ ਹੋਰ ਕੁਛ ਨਹੀਂ ਤੇ ਇੱਕ ਸਿੰਪਲ ਸੋਲੂਸ਼ਨ ਹੈਗਾ ਜਿਹੜੀ ਹੌਟ ਵਾਟਰ ਬੋਟਲ ਹੁੰਦੀ ਆ ਹਾਂਜੀ ਤੇ ਉਹਨੂੰ ਤੁਸੀਂ ਉਹਦੇ ਪਾਣੀ ਉਹਦੇ ਉੱਤੇ ਬਲੈਂਕਟ ਹੋਣਾ ਚਾਹੀਦਾ ਨਿੱਕਾ ਜਿਹਾ ਹਲਕਾ ਟਾਵਲ ਰੱਖ ਲਓ ਆਪਣੇ ਗਲੈਂਡਸ ਤੇ ਸਵੇਰ ਤੱਕ ਬਿਲਕੁਲ ਠੀਕ ਹੋਵੋਗੇ ਵਿਕਸ ਲਗਾ ਲਓ ਜਦੋਂ ਫਲੂ ਜ਼ੁਕਾਮ ਦਾ ਸੀਜ਼ਨ ਹੁੰਦਾ ਮਾੜਾ ਜਿਹਾ ਕਾਟਨ ਵੂਲ ਦੇ ਨਾਲ ਜਿਹੜੀ ਪੈਟਰੋਲੀਅਮ ਜੈਲੀ ਲਾ ਕੇ ਜੇ ਤੁਸੀਂ ਪਬਲਿਕ ਟਰਾਂਸਪੋਰਟ ਤੇ ਜਾ ਰਹੇ ਆ ਤੁਸੀਂ ਪ੍ਰੋਟੈਕਟ ਕਰ ਰਹੇ ਆਪਣੇ ਨੱਕ ਨੂੰ ਐਸੇ ਤਰ੍ਹਾਂ ਹੇ ਫੀਵਰ ਸਿੰਪਟਮਸ ਹੈ ਫਰਸ ਜਦੋਂ ਪੋਲਨ ਹਾਈ ਹੋਣ ਵਾਲਾ ਹੁੰਦਾ ਮਾੜੀ ਜੀ ਪੈਟਰੋਲੀਅਮ ਜੈਲੀ ਨੱਕ ਦੇ ਵਿੱਚ ਲਗਾ ਲਓ ਤੇ ਉਹ ਐਕਟ ਕਰਦਾ ਕਿ ਗਾਹਾਂ ਨੇਜ਼ਲ ਟ੍ਰੈਕੀਆ ਦੇ ਵਿੱਚ ਨਾ ਜਾਵੇ ਸਿੰਪਲ ਗੱਲ ਹੈਗੀ ਹੈ ਕਿ ਬੱਚਿਆਂ ਨੂੰ ਜਦੋਂ ਫਲੂ ਜ਼ੁਕਾਮ ਹੁੰਦਾ ਜਿਸ ਤਰ੍ਹਾਂ ਆਪਾਂ ਲੈਂਦੇ ਨੇ ਪ੍ਰੈਸ਼ਰ ਪੁਆਇੰਟਸ ਆਹ ਤੁਹਾਡੇ ਡਰੇਨਿੰਗ ਪੁਆਇੰਟਸ ਹੈਗੇ ਨੇ ਬੱਚੇ ਦੇ ਤੁਸੀਂ ਇੱਥੋਂ ਡਰੇਨ ਕਰੋ ਬੜੇ ਲੋਕੀ ਕਹਿੰਦੇ ਨੇ ਹਾਂ ਬਈ ਅਸੀਂ 20 ਪਾਉਂਡ ਲੈਂਦੇ ਨੇ ਐਕੋ ਪ੍ਰੈਸ਼ਰ ਆਈ ਐਮ ਸੌਰੀ ਅਸੀਂ ਬਿਲਕੁਲ ਕਿਸੇ ਨੂੰ ਚੀਟ ਨਹੀਂ ਕਰਦੇ ਐਕੋ ਪੰਚਿੰਗ ਕਰੀਦੀ ਐਕੋ ਪ੍ਰੈਸ਼ਰ ਇਜ਼ ਅ ਸਿੰਪਲ ਐਕਸਰਸਾਈਜ਼ ਡੂਇੰਗ ਦੈਟ ਰੈਗੂਲਰ ਐਂਡ ਬੱਚੇ ਦੇ ਗਲੇ ਜਾਂ ਸਿਆਣੇ ਦੇ ਗਲੇ ਇੱਥੋਂ ਤੋੜਨੇ ਆਹ ਜਿਹੜੇ ਗਲੇ ਆ ਇੱਥੋਂ ਤੋੜਨੇ ਐਂਡ ਉਹਦੀਆਂ ਚੀਕਾਂ ਨਿਕਲੇ ਗਿਆ ਕਹੇਗਾ ਹਾਈ ਮੰਮੀ ਨਾ ਕਰੋ ਹਾਈ ਮੰਮੀ ਪਰ ਤੇਲ ਲਗਾਓ ਐਂਡ ਮਸਾਜ ਕੇ ਉਹਦਾ ਇੱਥੋਂ ਹਾਂ ਗਲੈਂਡ ਜਿਹੜਾ ਇੱਥੇ ਆ ਟੁੱਟੇ ਐਂਡ ਡਰੇਨ ਇਟ ਅਪ ਸੇਮ ਥਿੰਗ ਵਿਦ ਦ ਫੀਟ ਐਨਾ ਸਿੰਪਲ ਐਕਸਰਸਾਈਜ਼ ਹੈਗਾ ਹੌਟ ਵਾਟਰ ਪੱਟੀ ਰੱਖਣੀ ਬੱਚੇ ਵਾਸਤੇ ਉਹਦੇ ਮੱਥੇ ਤੇ ਬੜੀ ਜ਼ਰੂਰੀ ਸਿਆਣਿਆਂ ਵਾਸਤੇ ਬਾਡੀ ਬਰਸ਼ਿੰਗ ਕਰਨਾ ਬਹੁਤ ਜ਼ਰੂਰੀ ਆ ਸੌਂਫ ਜੁਐਣ ਮਲੱਠੀ ਦੁਸ਼ੰਦਾ ਇਹ ਤਾਂ ਪਾਣੀ ਆਪਾਂ ਕਹਿ ਚੁੱਕੇ ਹਾਂ ਹਰਬ ਟੀ ਮੈਂ ਤਾਂ ਕਹਿੰਦੀ ਅਪ੍ਰੈਲ ਦੇ ਟਾਈਮ ਤੋਂ ਸੰਤੋ ਪੇਸ਼ੈਂਟ ਆਪਣੇ ਬੱਚਿਆਂ ਨੂੰ ਦਵੋ ਜਿਹਦੇ ਵਿੱਚ ਤੁਸੀਂ ਘਿਓ ਤੇ ਥੋੜੇ ਹਲਦੀ ਪਾਓ ਵਿਚ ਇਜ਼ ਐਂਟੀ ਬੈਕਟੀਰੀਅਲ ਐਂਟੀ ਫੰਗਲ ਮਾਈਕੋਪ੍ਰੋਬੀਅਲ ਐਂਡ ਯੂ ਨੋ ਐਂਟੀਵਾਇਰਲ ਇੱਕ ਹਲਦੀ ਦੇ ਵਿੱਚ ਇੰਨਾ ਕੁਛ ਆ ਤੇ ਅਸੀਂ ਤਾਂ ਭੁੱਲ ਗਏ ਹਨਾ ਭੁੱਲ ਭੁੱਲ ਕੇ ਬੀਬੀਆਂ ਨੇ ਆਪਣੀ ਕਿਚਨ ਦੀ ਯੈਲੋ ਕੀਤੀ ਪਈ ਆ ਕੱਪੜੇ ਚਿੱਟੇ ਪੈ ਜਾਂਦੇ ਨੇ ਪਰ ਜਿਹੜੇ ਹਲਦੀ ਦੇ ਕੈਪਸੂਲਸ ਵੇਚਦੇ ਆਪਾਂ ਇਟਸ ਅਮੇਜ਼ਿੰਗ ਫੋਰ ਸ਼ਾਈਆਂ ਅਮੇਜ਼ਿੰਗ ਫੋਰ
ਐਂਟੀ ਫੰਗਲ ਐਂਟੀ ਬੈਕਟੀਰੀਅਲ ਐਂਟੀ ਕੈਂਸਰ ਇਹ ਤਾਂ ਸਾਡੀ ਧਰਤੀ ਦੇ ਵਿੱਚ ਇੰਡੀਆ ਦੇਸ਼ ਦੇ ਵਿੱਚ ਸਾਡੇ ਫੂਡ ਹੈਗੇ ਨੇ ਤੇ ਗੋਰੇ ਹੁਣ ਭੱਜ ਰਹੇ ਨੇ ਔਰ ਗੋਰੇ ਪਹਿਲੇ ਗੱਠਾ ਨੀ ਖਾਂਦੇ ਸੀ ਅਨੀਅਨ ਸੂਪ ਜੁਕਾਮ ਦੇ ਟਾਈਮ ਲੈਣਾ ਬੜਾ ਜ਼ਰੂਰੀ ਹੈ ਮਾੜਾ ਜਿਹਾ ਜੀਰਾ ਕਰੋ ਥੋੜਾ ਇੱਕ ਲੰਬਾ ਕੱਟ ਦੋ ਬਿਲਕੁਲ ਕੱਦੂਕਸ ਨਹੀਂ ਕਰਨਾ ਪਰ ਚੌਪ ਦੀ ਅਨੀਅਨ ਥੋੜਾ ਮੋਟਾ ਉਹਨੂੰ ਭੁੰਨ ਕੇ ਬਰਾਊਨ ਕਰਕੇ ਪਾਣੀ ਪਾ ਦੋ ਉਹਦੇ ਵਿੱਚ ਕਾਲੀ ਮਿਰਚ ਪਾਓ ਅਮੇਜ਼ਿੰਗ ਦੋ ਤਿੰਨ ਵਾਰੀ ਦਿਨ ਚ ਅਨੀਅਨ ਸੂਪ ਪੀਵੋ ਯੂ ਨੋ ਦੈਟ ਸੋ ਗੁੱਡ ਫੋਰ ਰਿਮੂਵਿੰਗ ਦ ਟੌਕਸਿਨ ਬਾਕੀ ਤੁਹਾਡੇ ਇਹਦੇ ਵਿੱਚ ਜਿਹੜੇ ਤੁਸੀਂ ਇੱਕ ਚਾਟਾ ਬਣਾਉਣਾ ਜਾਂ ਉਹਦੇ ਕਹਿ ਲਓ ਹਰਬ ਟੀ ਬਣਾਉਣੀ ਸਾਰਾ ਦਿਨ ਦੇ ਵਿੱਚ ਬਣਾ ਕੇ ਦਿਨ ਸ਼ਾਮ ਨੂੰ ਵੀ ਦੇ ਦਿਓ ਸੌਂਫ ਨਕਸ਼ੇ ਦੀ ਸਵੇਰ ਨੂੰ ਵੀ ਦੇ ਦਿਓ ਬੱਚਿਆਂ ਨੂੰ ਐਂਡ ਦੈਨ ਓਬਵੀਅਸਲੀ ਜਿਹੜਾ ਕਿ ਹੌਟ ਲੂਕ ਵਾਰਮ ਸ਼ਾਵਰਸ ਕਰਨੇ ਬੋਡੀ ਸਕ੍ਰਬਿੰਗ ਕਰਨੀ ਥੋੜਾ ਨਾ ਜਾਓ ਬਾਹਰ ਪਰ ਰਨਿੰਗ ਜੋਗਿੰਗ ਟੌਕਸਿਨਸ ਕੱਢਦੇ ਨੇ ਸਰੀਰ ਚੋਂ ਜੇ ਜ਼ੁਕਾਮ ਹੈਗਾ ਆ ਤੇ ਇੱਕ ਦੋ ਲੇਅਰ ਐਕਸਟਰਾ ਪਾ ਲਓ ਬੁਖਾਰ ਇਕਦਮ ਟੁੱਟ ਕੇ ਨਿਕਲ ਜਾਵੇ ਇਨਸਟੈਡ ਆਫ ਰਨਿੰਗ ਫੋਰ ਐਨ ਐਸਪ੍ਰਿਨ ਔਰ ਪੈਰਾਸੀਟਾਮੋਲ ਆਪਾਂ ਇੱਕ ਸੋਸਾਇਟੀ ਬਣ ਗਏ ਪੇਨ ਕਿਲਰਸ ਬੇਟੇ ਬ੍ਰੇਨ ਇਟਸੈਲਫ ਵੈਨ ਇਟ ਸੀਜ਼ ਪੇਨ ਇਟ ਰਿਲੀਜ਼ ਜਿਹੜੀਆਂ ਤੁਹਾਡੀਆਂ ਇਨਫੈਕਸ਼ਨ ਨੂੰ ਫਾਈਟ ਕਰਦੀਆਂ ਨੋਟ ਕਰਦੇ ਜਾਓ ਸਭ ਤੋਂ ਪਹਿਲਾਂ ਤਾਂ ਹੈ ਕੇਲਾ ਔਰ ਪ੍ਰੈਗਨੈਂਸੀ ਦੇ ਵਿੱਚ ਕੇਲਾ ਖਾਣਾ ਜਨਾਨੀ ਵਾਸਤੇ ਵੀ ਬਹੁਤ ਜ਼ਰੂਰੀ ਚਿਤਰੀ ਵਾਲਾ ਕੇਲਾ ਹਾਈ ਇਨ ਜ਼ਿੰਕ ਔਰ ਜ਼ਿੰਕ ਦੀ ਘਾਟ ਕਰਕੇ ਇਹੀ ਕੁਛ ਹੁੰਦਾ ਆ ਫਿਰ ਆ ਜਾਂਦੀ ਸ਼ਿਮਲਾ ਮਿਰਚ ਵੈਰੀ ਹਾਈ ਇਨ ਵਿਟਾਮਿਨ ਸੀ ਫਿਰ ਆ ਜਾਂਦਾ ਆ ਟੈਂਜਰੀਨ ਜੂਸ ਨਾਟ ਔਰੇਂਜ ਜੂਸ ਜਿਹੜਾ ਕਿ ਸੰਤਰੇ ਹੁੰਦੇ ਛੋਟੇ ਔਰ ਹਰ ਵੇਲੇ ਉਹਨਾਂ ਨੂੰ ਧੋਵੋ ਕਿ The true fact was one of my patients ਉਹਨੇ ਆਪਣੇ ਹਸਬੰਦ ਤੋਂ ਟੈਂਜਰੀਨ ਮੰਗਵਾਇਆ ਸ਼ਾਮ ਦੇ ਟਾਈਮ ਐਂਡ ਉਹਨੇ ਫੜਾਤਾ ਟੈਲੀ ਦੇਖ ਰਹੀ ਸੀ ਛਿੱਲਿਆ ਉਹ ਕਿਚਨ ਚ ਗਿਆ ਔਰ ਲਿਟਰਲੀ 30 ਸੈਕਿੰਡ ਵਾਪਸ ਆਇਆ ਸ਼ੀ ਹੈਡ ਡਾਈਡ ਸ਼ੀ ਡਾਈਡ ਫਰੋਮ ਦਾ ਪੋਇਜ਼ਨ ਔਨ ਦ ਟੈਂਜਰੀਨ ਓਕੇ ਬਿਕੋਜ਼ ਜੋ ਸਪਰੇਅ ਕੀਤੀ ਹੋਈ ਸੀ ਫਾਰਮ ਦੇ ਵਿੱਚ ਉਹ ਜਿਸ ਤਰ੍ਹਾਂ ਪੀਲ ਕੀਤਾ ਉਹੀ ਚੱਟ ਲਿਆ ਐਂਡ ਸ਼ੀ ਹੈਡ ਅ ਮੇਜਰ ਹਾਰਟ ਅਟੈਕ ਐਂਡ ਵਾਟ ਡਿਡ ਦਾ ਕੋਰਨਰ ਸੇ ਇਟ ਵਾਸ ਪੋਇਜ਼ਨਿੰਗ ਫਰੋਮ ਅ ਟੈਂਜਰੀਨ You know, source. Always wash the fruit. Shak tangerine, shak chilak wala. And as well, Alfonso mangoes aaya. They are safer to have because Alfonso mango te spray nahi hai. Baki sare mango, takriban 200 different mangoes hai India de vich. Jina de vich aluminium te mercury naal. ਇਸ ਵੇਲੇ ਬਾਹਰ ਦੇ ਦੇਸ਼ਾਂ ਚ ਆਉਣ ਕੇ ਉਹਨਾਂ ਦੀ ਉਹ ਪਕਾਈ ਜਾਂਦੇ ਨੇ ਰਾਈਟ ਜੀ ਇਸੇ ਦੇ ਨਾਲ ਅਸੀਂ ਕਾਲ ਲਵਾਂਗੇ ਜੋ ਬੜੀ ਦੇਰ ਦੀ ਵੇਟ ਕਰਦੀ ਪਈ ਹੈ ਵਾਹਿਗੁਰੂ ਜੀ ਖਾਲਸਾ ਫਤਿਹ ਜੀ ਹੈਲੋ ਜੀ ਹੈਲੋ ਤੁਸੀਂ ਔਨ ਹੈ ਰਹਿ ਕੇ ਤੇ ਸਾਨੂੰ ਮੇਰੀ ਆਵਾਜ਼ ਆਉਂਦੀ ਹੈ ਹਾਂਜੀ ਹਾਂਜੀ ਭੈਣ ਜੀ ਆਉਂਦੀ ਹੈ ਮੈਂ ਤੁਸੀਂ ਆਪਣਾ ਕੁਐਸਚਨ ਪੁੱਛ ਸਕਦੇ ਹੋ 2 ਸਾਲ ਦੀ ਤੁਸੀਂ ਆਪਣਾ ਕੁਐਸਚਨ ਪੁੱਛ ਸਕਦੇ ਬਹੁਤ ਜਲਦੀ ਨਾ ਸਰਦੀ ਜ਼ੁਕਾਮ ਰੇਸ਼ਾ ਹੋ ਜਾਂਦੀ ਹੈ ਜਦੋਂ ਬਹੁਤ ਜਲਦੀ ਉਹਨੂੰ ਜੀ ਬਾਰੇ ਕੁਝ ਦੱਸੋਗੇ ਪਲੀਜ਼ ਵੈਲ ਰੇਸ਼ਾ ਤਾਂ ਤਾਂ ਹੀ ਹੁੰਦੀ ਹੈ ਨਾ ਕਿ ਜਮੀ ਹੋਈ ਰੇਸ਼ਾ ਨਿਕਲਦੀ ਆ ਜੀ ਹਨਾ ਸੋ ਰੇਸ਼ਾ ਬਣੀ ਕਿਉਂ ਪਹਿਲੋ ਇਹਦਾ ਬੈਠ ਕੇ ਅਹਿਸਾਸ ਕਰੋ ਜਾਂ ਮੇਰੇ ਪਾਸ ਆਓ ਮੇਰੇ ਕੋਲ ਬਹੁਤ ਵਧੀਆ ਪ੍ਰੋਗਰਾਮ ਹੈਗਾ ਆ ਕਿ ਜਿਹੜਾ ਮੈਂ ਐਂਟੀ ਕੋਲਡ ਫਲੂ ਸਿੰਪਟਮਸ ਦਾ ਕਰਦੀ ਹਾਂ ਕਿ ਜਿਹੜਾ ਤੁਸੀਂ ਸਪਟੈਂਬਰ ਚ ਬੱਚੇ ਨੂੰ ਦੇ ਸਕਦੇ ਹੋ ਇਹਦੇ ਨਾਲ ਬੱਚੇ ਦੀ ਰੇਸ਼ਾ ਟੁੱਟੇਗੀ ਜਾਂ ਬਣੇਗੀ ਬਣੀ ਹੋਈ ਛੁੱਟ ਜਾਏਗੀ ਔਰ ਨਿਕਲਣੀ ਚਾਹੀਦੀ ਲੈਟਰੇਨ ਰਾਹੀਂ ਯੂ ਨੋ ਤੇ ਜਿਹਨਾਂ ਦੀ ਰੇਸ਼ਾ ਇੱਕ ਬੀਬੀ ਆਈ ਸਾਡੇ ਕੋਲ 3 ਵੀਕ ਪਹਿਲੋਂ ਉਹਨੂੰ 7 ਸਾਲ ਖਾਂਸੀ ਤੇ ਰੇਸ਼ਾ ਔਰ ਸਿਰਫ 2 ਸੀਟਿੰਗਸ ਦੇ ਵਿੱਚ ਉਹਦੀ ਖਾਂਸੀ ਖਤਮ 3rd ਸੀਟਿੰਗ ਦੇ ਵਿੱਚ ਬਿਲਕੁਲ 10% ਮਾਤਰਾ ਰਹਿ ਗਿਆ ਸੀਗਾ ਐਂਡ ਦਿਸ ਇਜ਼ ਅਮੇਜ਼ਿੰਗ ਰੈਮੇਡੀਜ਼ ਜਿਹੜੀਆਂ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਬਣਾਉਣੇ ਨੇ ਸੋ ਤੁਸੀਂ ਇਹਦੇ ਬਾਰੇ ਡਿਟੇਲ ਤੇ ਗੱਲ ਕਰਨ ਵਾਸਤੇ ਇਹਨਾਂ ਦੇ ਫੋਨ ਥੱਲੇ ਲਿਖੇ ਫੋਨ ਤੇ ਫੋਨ ਕਰ ਸਕਦੇ ਹੋ ਕਾਲ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਅਸੀਂ ਤੁਹਾਨੂੰ ਅਸੀਂ ਨੈਕਸਟ ਕਾਲ ਵੀ ਲਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਆਪਣਾ ਕੁਐਸਚਨ ਪੁੱਛ ਸਕਦੇ ਹੋ ਹਾਂਜੀ ਪਹਿਲਾਂ ਤਾਂ ਡਾਕਟਰ ਸਾਹਿਬ ਨੂੰ ਬਿਲੇਟਡ ਬਰਥਡੇ ਹਾਂਜੀ ਆਈ ਡੋਨਟ ਥਿੰਕ ਆਈ ਹੈਵ ਐਵਰ ਮੈਟ ਐਨੀਵਨ ਹੂ ਹੈਵ ਸੋ ਨੋਲੇਜ ਐਸ ਮਚ ਐਸ ਡਾਕਟਰ ਮਨਜੀਤ ਕੌਰ ਜੀ ਥੈਂਕ ਯੂ ਕੰਪਲੀਮੈਂਟਸ ਅੱਛਾ ਮੈਂ ਤੁਹਾਡੇ ਕੋਲੇ ਪੁੱਛਣਾ ਜੀ ਫਾਈਬਰੋਮਾਈਲਜੀਆ ਕੀ ਹੁੰਦਾ ਪੈਨਮੇਰੀ ਫਾਈਬਰੋਮਾਈਲਜੀਆ ਇਜ਼ ਵੈਨ ਦੇਰ ਇਜ਼ ਅ ਟੌਕਸਿਕ ਰੈਜ਼ੀਡਿਊ ਇਨ ਦ ਮਸਲ ਟਿਸ਼ੂ ਐਂਡ ਦੈਟ ਕੌਜ਼ਿਸ ਐਕਸਟ੍ਰੀਮ ਪੇਨ
And so far, jede Birmingham patient aye, jede Ivor aye, through the time I've been doing Sikh channel as well, between 2 to 3 weeks and 3 days, people are improving with fibromyalgia. It is a toxic residue, Pan Mirye, that attacks the fibrins of the muscles. Hmm. Muscles honiya, jida meri kudi ne chitta jumper paya, kinna sona paya, par edi bunti knit one, pearl one. Haan ji. Jado toxic waste ho janda, could be lead, mercury, asbestos, virus, bacteria. Hmm. It harbors in the muscles. Haan ji. And causes pain and inflammation. Right. Ki, oh, jedi elasticity wangar ik muscle nu chalna chahida. Oh. Insan kada, hai mera dukda, hai mera muscle dukda. Because there's a buildup of malic acid. Right. And I work with that so diligently. Amazing results are in a. Ji. Even one lady bichari, Surinder Kaur, kalli janani, Wolverhampton to aayi, kandi main uth nahi sakdi, main kha nahi sakdi, main paka nahi sakdi. Right. Alone, in the house, neighbors check karde sige. Within 3 days, she noticed the difference. Right. Within 2 weeks, she came paj. हां जी होपफुली ਤੁਹਾਡੇ ਕੁਐਸਚਨ ਦਾ ਆਨਸਰ ਮਿਲ ਗਿਆ ਹੋਏਗਾ ਕਾਲ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਅਸੀਂ ਨੈਕਸਟ ਕਾਲ ਲਵਾਂਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹੈਲੋ ਹੈਲੋ ਜੀ ਤੁਸੀਂ ਆਪਣਾ ਕੁਐਸਚਨ ਪੁੱਛ ਸਕਦੇ ਹੋ ਜੀ ਮੈਂ ਨਾ ਆਪਣੇ ਸਨ ਹੀ ਇਜ਼ ਓਨਲੀ 16 ਮੰਥ ਹੈ ਤੇ ਉਹਨੂੰ 3 ਹਫ਼ਤੇ ਹੋ ਚੱਲੇ ਇਸ ਕੋ ਰੀਲੀ ਬੈਡ ਕਾਫ ਐਂਡ ਫੀਵਰ ਰਨਿੰਗ ਨੋਸ ਜੀ ਤੇ 3 ਹਫ਼ਤੇ ਹੋ ਗਏ ਉਹਨੂੰ ਬੁਖਾਰ ਹੈਗਾ ਹਾਂਜੀ Okay, that's not a very good thing. Obviously, kabaj bhi hai unnu bete? Haan ji. Kabaj bhi hai bete unnu? Nahi nahi, oh theek hai, poo theek hai di. Par jadon cough aandi hai, ulti karda hai kyunki kafi resha hai de andar. Resha bahut hai. Please come to me. Obviously, saunf, juan, banakshya da paani davo. Haan ji. Unnu ode vich thoda ghiyo, quarter chamcha, thodi khaldi pao. ਥੋੜੀ ਵਿਕ ਲਗਾਓ ਤੇ ਮਸਾਜ ਕਰੋ ਬੈਕ ਐਂਡ ਫਰੰਟ ਜਦੋਂ ਤੁਸੀਂ ਬੱਚੇ ਨੂੰ ਉਲਟਾਣਾ ਆ ਤੇ ਉਹਦੀ ਪਿੱਠ ਤੇ ਤੁਸੀਂ ਟੈਪਿੰਗ ਕਰੋ ਇਦਾਂ ਕਰਕੇ ਕਿ ਰੇਸ਼ਾ ਛੁੱਟੇ ਤੇ ਮਸਾਜ ਕਰੋ ਸੋ ਦ ਲੰਗਸ ਕੈਨ ਗੈਟ ਰਿਡ ਆਫ ਦ ਰੇਸ਼ਾ ਪਰ ਜਦੋਂ ਇੰਨੀ ਜ਼ਿਆਦਾ ਜਮ੍ਹਾਂ ਹੋ ਗਈ ਆ ਪਲੀਜ਼ ਡੋਨਟ ਗੋ ਔਨ ਦ ਪੰਪ ਬਿਕੋਜ਼ ਦ ਨੈਕਸਟ ਥਿੰਗ ਦੈਟ ਯੂ ਆਰ ਗੋਇੰਗ ਟੂ ਗੈਟ ਫਰੋਮ ਦ ਕੰਸਲਟ ਡਾਕਟਰਸ ਇਜ਼ ਦੈ ਹੀ ਇਜ਼ ਐਸਥਮੈਟਿਕ ਬਿਕੋਜ਼ ਜਦੋਂ ਰੇਸ਼ਾ ਸੁੱਕ ਜਾਂਦੀ ਆ ਲੰਗ ਦੇ ਫਿਫੜੇ ਜਿਹੜੇ ਬ੍ਰੌਂਕਾਇਜ਼ ਆ ਚੀੜੇ ਹੋ ਜਾਂਦੇ ਨੇ ਐਂਡ ਦੇ ਵਿਲ ਕੰਸਟ੍ਰਿਕਟ ਐਂਡ ਨਾਟ ਐਕਸਪੈਂਡ So the child will be gasping for air. Don't rush to a pump. Haan there ji. Are better okay. solutions. Right, ji. Call karan was tar bahut bahut dhanwad ji. Toh isi de naal assi show di last call vi lavange ji. Vaheguru ji khalsa, Vaheguru Fateh ji. Hello ji. Vaheguru ji khalsa, Sri Vaheguru. Tusi apna question puch sakde ho ji. Haan ji, madam, Manjeet madam nu milna ji assi. Tusi inna nu milna chahunde te ode waste jehda thalle number likhya ode utte appointment la ke tusi inna nu mil sakde ho. सारी दुनिया ते प्रोग्राम जा रहा प्लीज बेनती कर दिया ते तुसी थले लिखे नंबर ते फोन करके इना दे इना दे नाल डिटेल विच गल कर सकते जो भी ताड़ी परेशानी है ते हुन शो दा टाइम अप हो गया है कि नु वाइंड अप करन दा ते लास्ट विच तुसी की कहना चाहोगे लास्ट विच नहीं बड़ा कुछ कहना हजे ब्लूबेरीज सब तो वधिया नेचुरल एस्पिरिन हां जी जिससे वास्ते मैंने श्योर है कि संगता वेट कर रही सीगियां की कहना चाहंदी डॉक्टर मंजीत सो ब्लूबेरीज वेरी हाई इन नेचुरल एस्पिरिन जेड़ा के फीवर दे टाइम लेना चाहिदा हां जी ब्लूबेरीज तो समर दे विच भी हुंदियां विंटर थोड़ी ज्यादा सस्ती हुंदियां समर दे विच ज्यादा महंगियां हुंदियां carrot and organic carrot juice very high in beta carotene haan ji so but chill out top and tail karo but sirf organic chili pepper oho bada vadhiya english mustard and horse radish ਦੋਨੇ ਚੀਜ਼ਾਂ ਇੰਗਲਿਸ਼ ਮਸਟਰਡ ਖਾਓ ਤੇ ਇਕਦਮ ਨੱਕ ਦੇ ਜਿਹੜੇ ਸਾਰੇ ਹੁੰਦੇ ਨੇ ਖੁੱਲ ਜਾਂਦੇ ਨੇ ਚੜਦੇ ਤੇ ਅੱਖਾਂ 'ਚ ਪਾਣੀ ਨਿਕਲ ਜਾਂਦਾ ਸੋ ਇੱਕ ਚੀਜ਼ ਤੁਹਾਨੂੰ ਦੱਸਾਂਗੀ ਜਿਹੜਾ ਤੁਸੀਂ ਜ਼ਿੰਦਗੀ ਭਰ ਪਛਤਾਓਗੇ ਨਹੀਂ ਸੁਣਦੇ ਜਾਓ ਤੇ ਲਿਖਦੇ ਜਾਓ ਤੇ ਇਹ ਹੈਗਾ ਕਿ ਬਲੂਬੇਰੀ ਇਜ਼ ਸੀਜ਼ਨ ਦੇ ਵਿੱਚ ਵੀ ਮਿਲਦੀਆਂ ਆਫ ਸੀਜ਼ਨ 'ਚ ਪਰ ਮੈਂ ਕਈ ਵਾਰੀ ਕਈ ਚੀਜ਼ਾਂ ਨਹੀਂ ਕਹਿੰਦੀ ਹੁੰਦੀ ਕਿ ਇਹਨੂੰ ਫ੍ਰੀਜ਼ ਕਰ ਲਓ ਬਟ ਬਿਕੋਜ਼ ਸੀਜ਼ਨ 'ਚ ਸਿਰਫ ਕ੍ਰੈਨਬਰੀਜ਼ ਆਉਂਦੀਆਂ ਵਿੰਟਰ ਦੇ ਵਿੱਚ ਇਸ ਵੇਲੇ ਵੀ ਮਿਲੇਗੀ ਫਰੋਜ਼ਨ ਫਰੋਜ਼ਨ ਕ੍ਰੈਨਬਰੀਜ਼ ਲੈ ਆਓ ਤੇ ਇੱਕ ਕੌਲੀ ਫਰੋਜ਼ਨ ਕ੍ਰੈਨਬਰੀਜ਼ ਦੀ ਤੇ 3 ਕੌਲੀਆਂ ਬਲੂਬੇਰੀਜ਼ ਨੂੰ ਬਲੈਂਡ ਕਰ ਲਓ ਓਕੇ ਦੋਨੇ ਚੀਜ਼ਾਂ ਨੂੰ ਬਲੈਂਡ ਕਰਕੇ ਤੇ ਇਹਨੂੰ ਤੁਸੀਂ ਆਈਸ ਕਿਊਬਸ ਦੇ ਵਿੱਚ ਆਪਣੀ ਟ੍ਰੇ ਦੇ ਵਿੱਚ ਰੱਖ ਕੇ ਫ੍ਰੀਜ਼ ਕਰ ਲਓ ਰਾਈਟ ਜੀ ਔਰ ਹਰ ਰੋਜ਼ ਇੱਕ ਕੱਢ ਕੇ ਖਾ ਪਾਣੀ ਵਿੱਚ ਡਾਇਲੂਟ ਕਰਕੇ ਖਾ ਲਓ ਜਿੱਦਾਂ ਆਪਾਂ ਲਿਆਂਦਾ ਹੋਇਆ ਆਲ ਦ ਵੇ ਫਰਮ ਲੰਡਨ ਐਂਡ ਇਹ ਤੁਹਾਡੇ ਵਾਸਤੇ ਲੈ ਕੇ ਆਂਦਾ ਜਿਹੜਾ ਕਿ ਕ੍ਰੈਨਬੇਰੀਜ਼ ਐਂਡ ਬਲੂਬੇਰੀਜ਼ ਦਾ ਮੇਰਾ ਹਰ ਰੋਜ਼ ਦਾ ਖਾਜਾ ਹੈਗਾ ਇਜ਼ ਵਨ ਥਿੰਗ ਇਜ਼ ਫੈਸ਼ਨ ਨਾਲ ਕਦੀ ਨਹੀਂ ਚੱਲੇ ਜੋ ਕੁਝ ਵੀ ਪਾਇਆ 10 20 ਸਾਲ ਪੁਰਾਣਾ ਆਈ ਡੋਨਟ ਰੇਸ ਕਿ ਅੱਡ ਪਟਿਆਲਾ ਸਲਵਾਰ ਹੈ ਪਿੱਛੇ ਜਿਹੜੀਆਂ ਪਈਆਂ ਉਹੀ ਕੱਢ ਲਈਦੀਆਂ ਕਦੀ ਨਹੀਂ ਕਾਪੀ ਕੀਤਾ ਫਲਾਨੀ ਬੀਬੀ ਨੇ ਆਹ ਜੁੱਤੀ
ਪਈ ਮੈਂ ਭੱਜ ਕੇ ਲੈ ਕੇ ਆਵਾਂ ਆਈ ਐਮ ਐਨ ਇੰਡੀਵਿਜੁਅਲ ਐਂਡ ਆਈ ਡੂ ਵਟ ਆਈ ਵਾਂਟ ਟੂ ਫੈਸ਼ਨ ਇਜ਼ ਵਟ ਯੂ ਮੇਕ ਆਫ ਇਟ ਹਨਾ ਸੋ ਆਲਵੇਜ਼ ਲੁੱਕ ਫਾਰ ਬੈਟਰ ਫੂਡ ਐਂਡ ਟਰਾਈ ਟੂ ਸੇਵ ਔਨ ਅਦਰ ਥਿੰਗਸ ਜਿਹੜੇ ਕਿ ਵੇਸਟਡ ਫੂਡ ਹੁੰਦਾ ਚੋਕਲੇਟਸ 30% ਆਫ ਫੂਡ ਦੈਟ ਕਮਸ ਇਨ ਮੋਸਟ ਹੋਮਸ ਇਜ਼ ਜੰਕ ਫੂਡ ਐਂਡ 15% ਆਫ ਦਾ ਫੂਡ ਗੋਜ਼ ਇਨ ਟੂ ਦਾ ਬਿਨ ਐਂਡ ਤਕਰੀਬਨ 25% ਆਫ ਦਾ ਫਰੂਟ ਜਿਹੜਾ ਆਮ ਘਰਾਂ ਚ ਆਉਂਦਾ ਸਿੱਧਾ ਬਿੰਚ ਕਿ ਉਹ ਮਾਵਾਂ ਕੱਟ ਕੇ ਨਹੀਂ ਦਿੰਦੀਆਂ ਬੱਚੇ ਖਾਂਦੇ ਨੇ ਬੱਚਿਆਂ ਦੇ ਸਵਾਦ ਗਏ ਹੋਏ ਨੇ ਟੂ ਫਰੂਟਸ ਐਂਡ ਦੈਨ ਦੇ ਡੋਂਟ ਲੁੱਕ ਫੋਰ ਐਸਿਡ ਇੰਨਾ ਵੱਧ ਜਾਂਦਾ ਪੇਟ ਦੇ ਵਿੱਚ ਐਂਡ ਉਹਦੇ ਨਾਲ ਪੇਟ ਦਰਦ ਹੋਏਗਾ ਬੱਚਾ ਕਹੇਗਾ ਹਾਂ ਮੇਰਾ ਢਿੱਡ ਦੁਖਦਾ ਫਰੂਟ ਖਾ ਕੇ ਫਰੂਟ ਖਾ ਕੇ ਢਿੱਡ ਨਹੀਂ ਦੁਖਦਾ ਪਰ ਸਿਰਫ ਬੱਚੇ ਦਾ ਐਸਿਡ ਮਾਤਰਾ ਬਹੁਤ ਜ਼ਿਆਦਾ ਆ ਓਬਵੀਅਸਲੀ ਆਪਾਂ ਆਖਿਆ ਕਿ ਇਹ ਤੁਸੀਂ ਜਿਹੜਾ ਹੈਗਾ ਆ ਕ੍ਰੈਨਬਰੀ ਤੇ ਬਲੂਬੈਰੀ ਸੂਪ ਜੂਸ ਲਵੋ ਰੈਗੂਲਰਲੀ ਐਲੋਵੀਰਾ ਔਰ ਕੁਆਰ ਦਾ ਜਿਹੜਾ ਪਾਣੀ ਹੈਗਾ ਬਹੁਤ ਜ਼ਰੂਰੀ ਹੈਗਾ ਕਿ ਅਸੀਂ 40,000 ਜਿਹੜੇ ਯੂ ਨੋ ਬੈਕਟੀਰੀਆ ਆ ਗਿਆ ਅਸੀਂ ਪ੍ਰੋਟੈਕਟ ਕਿੱਦਾਂ ਕਰੀਏ ਤੁਸੀਂ ਘਰੋਂ ਤੁਹਾਡਾ ਖਾਣਾ ਸਹੀ ਹੋਏਗਾ ਤੇ ਕਦੀ ਤੁਹਾਨੂੰ ਇਹ ਇਸ਼ੂਜ਼ ਨਹੀਂ ਹੋਏਗੇ ਓਬਵੀਅਸਲੀ ਵੈਰੀ ਇੰਪੋਰਟੈਂਟ ਕਿ ਆਪਾਂ ਪਾਣੀ ਪੀਏ ਬਹੁਤ ਜ਼ਿਆਦਾ ਐਂਡ ਲੂਕ ਵਾਰਮ ਪਾਣੀ ਸਿਰਫ ਜ਼ਿਆਦਾ ਡਿਊਰਿੰਗ ਦਾ ਟਾਈਮ ਆਫ ਕੋਲਡ ਬਿਕੋਜ਼ ਸਾਨੂੰ ਹਾਈਡਰੇਸ਼ਨ ਚਾਹੀਦੀ ਆ ਪਲਮ ਟੋਮੈਟੋ ਸੂਪ ਬਹੁਤ ਜ਼ਰੂਰੀ ਹਾਈ ਇਨ ਵਿਟਾਮਿਨ ਸੀ ਐਲੋਵੀਰਾ ਤਾਂ ਆਪਾਂ ਜ਼ਿਕਰ ਕਰਤਾ ਸਟ੍ਰੈਸ ਜਿਹੜੇ ਬੰਦੇ ਨੂੰ ਸਟ੍ਰੈਸ ਬਹੁਤ ਜ਼ਿਆਦਾ ਹੋਵੇ ਕ੍ਰੋਨਿਕ ਸਟ੍ਰੈਸ ਉਹਦਾ ਐਡਰੀਨਲ ਬਹੁਤ ਜ਼ਿਆਦਾ ਲੋ ਹੋਏਗਾ ਐਂਡ ਰਸ਼ ਹੁੰਦਾ ਹੋਏਗਾ ਐਂਡ ਦੇ ਵਿਲ ਆਲਵੇਜ਼ ਹੈਵ ਫਲੂਸ ਐਂਡ ਕੋਲਡਸ ਟਾਕਿੰਗ ਐਂਗਰ ਕ੍ਰੋਧ ਗੁੱਸਾ ਇਹ ਚੀਜ਼ਾਂ ਤੋਂ ਬਚੋ ਓਬਵੀਅਸਲੀ ਜਿਹੜਾ ਡਾਇਟ ਹੈਗਾ ਆ ਆਈ ਨੋ ਕਿ ਈਸਟਰ ਆਉਂਦੀ ਹੈ ਚਲੇ ਵੀ ਜਾਂਦੀ ਹੈ ਔਰ ਮੈਂ ਦੇਖਦੀ ਹਾਂ ਜਲੇਬੀਆਂ ਬਣ ਰਹੀਆਂ ਨੇ ਜਦੋਂ ਹੁੰਦੇ ਨੇ ਨਗਰ ਕੀਰਤਨ ਔਰ ਇੱਕ ਜਲੇਬੀ ਦੇ ਵਿੱਚ ਤਕਰੀਬਨ 2 ਚਮਚੇ ਆਫ ਸ਼ੂਗਰ ਸਿਰਪ ਅਸੀਂ ਕਿੱਦਾਂ ਫਾਈਟ ਕਰੀਏ ਡਾਇਬੀਟੀਜ਼ ਨੂੰ ਬਿਕੋਜ਼ ਆਈ ਥਿੰਕ ਵੀ ਆਰ ਗੋਇੰਗ ਟੂ ਦਾ ਰੋਂਗ ਪਲੇਟ ਐਂਡ ਇਸ ਦੇ ਸਾਹਮਣੇ ਪਏ ਪੰਪਕਿਨ ਸੀਡਸ ਫਲੂ ਜ਼ੁਕਾਮ ਵੇਲੇ ਪੰਪਕਿਨ ਸੀਡਸ ਜਿਹੜਾ ਕਿ ਗ੍ਰੀਨ ਬੀ ਹੁੰਦੇ ਸ਼ੈਲਡ ਇਹ ਬੜੇ ਜ਼ਰੂਰੀ ਹੈ ਐਂਡ ਇਹਦੇ ਨਾਲ ਪਏ ਸਾਰੇ ਲੋਕੀ ਕਹਿੰਦੇ ਹੁੰਦੇ ਸੀ ਡਾਕਟਰ ਮਨਜੀਤ ਸੋਨੇ ਬਾਰੇ ਗੱਲ ਕਰਦੀ ਰਹਿੰਦੀ ਹੈ ਇਹ ਮੇਰੇ ਸੋਨੇ ਦੀਆਂ ਪੱਤੀਆਂ ਜਿਹੜੀਆਂ ਸਪੈਸ਼ਲ ਬਣ ਕੇ ਆਉਂਦੀਆਂ ਮੇਰੇ ਵਾਸਤੇ ਔਰ ਕੁਛ ਖਾਸ ਪੇਸ਼ੈਂਟਸ ਵਾਸਤੇ ਆਉਂਦੇ ਨੇ ਜਿਹੜੇ ਐਪਰੀਸ਼ੀਏਟ ਕਰਦੇ ਨੇ ਤੇ ਆਪਾਂ 3 ਪਿਓਰ 24 ਕੈਰਟ ਸੋਨੇ ਦੀ ਪੱਤੀ ਐਵਰੀ ਥਰਡ ਡੇ ਲਈ ਦੀ ਮੰਡੇ ਵੈਨਸਡੇ ਫਰਾਈਡੇ ਵਿੱਚ ਵਿਚਾਲੇ ਕਿਤੇ ਹੋਰ ਫਿਰ ਆ ਰਿਹਾ ਨੇ ਸਾਡੇ ਚਾਂਦੀ ਦਾ ਵਰਕ ਜਿਹੜਾ ਕਿ ਆਪਾਂ ਦਿਖਾ ਰਹੇ ਨੇ ਇਹਨੂੰ ਤੁਸੀਂ ਕਿਤੇ ਵੀ ਲਗਾ ਲਓ ਬਲੂਬੈਰੀਜ਼ ਤੇ ਲਗਾ ਲਓ ਹੁੰਦਾ ਬੜਾ ਡੈਲੀਕੇਟ ਆ ਪਰ ਇਟਸ ਨੋਟ ਅਡਲਟਰੇਟਡ ਸੰਗਤੋ ਸੋ ਇਹ 150 ਪੱਤਾ ਆਉਂਦਾ ਆ ਐਂਡ ਦੈਟਸ ਚਾਂਦੀ ਦਾ ਵਰਕ ਜਿਹੜਾ ਕਿ ਪਿੰਨੀਆਂ ਤੇ ਵੀ ਲਗਾਈਦਾ ਜੀ ਤੁਸੀਂ ਵੈਸੇ ਵੀ ਕਿਸੇ ਵੀ ਚੀਜ਼ ਤੇ ਲਾ ਕੇ ਖਾ ਸਕਦੇ ਹੋ ਹਾਂਜੀ ਐਂਡ ਪਾਣੀ ਦੇ ਵਿੱਚ ਘੋਲ ਕੇ ਖਾ ਸਕਦੇ ਹੋ ਜਾਂ ਵੈਸੇ ਹੀ ਖਾ ਸਕਦੇ ਹੋ ਸੋ ਗੋਲਡ ਸਿਲਵਰ ਤੇ ਕਾਪਰ ਇਹ ਤਿੰਨੇ ਪਾਣੀ ਪੀਣੇ ਬੜੇ ਜ਼ਰੂਰੀ ਆ ਬਿਕੋਜ਼ ਦੇ ਹੈਲਪ ਅਸ ਵਿਦ ਕੀਪਿੰਗ ਆਰ ਇਮਿਊਨ ਸਿਸਟਮ ਹਾਈ ਰਾਈਟ ਐਂਡ ਟਾਈਮ ਤਾਂ ਹੈਗਾ ਹਜੇ ਆਪਣੇ ਕੋਲ ਫਿਨਿਸ਼ ਟਾਈਮ ਤੇ ਹੋ ਗਿਆ ਤੇ ਇਸੇ ਦੇ ਨਾਲ ਇਹ ਕੜੀ ਸਹੀ ਹੈ ਸਾਡੀ ਸਾਹਮਣੇ ਨਹੀਂ ਇਹ ਕਿੰਨੀ ਅੱਗੇ ਆ ਪਿੱਛੇ ਆ ਅੱਛਾ ਪਿੱਛੇ ਆ ਰਾਈਟ ਸੋ ਚਲੋ ਉਦਾਸੀ ਦੀ ਗੱਲ ਹੈ ਕਦੀ ਵੀ ਜਿਹੜੇ ਮਨ ਦੀ ਭਾਫ ਹੁੰਦੀ ਹੈ ਪੂਰੀ ਨਹੀਂ ਕੀਤੀ ਜਾਂਦੀ ਕੋਈ ਨਹੀਂ ਆਪਾਂ ਇਹ ਸ਼ੋਅ ਨੈਕਸਟ ਵੀਕ ਕੰਟੀਨਿਊ ਕਰਾਂਗੇ ਜੇ ਕੰਟੀਨਿਊ ਕਰਨਾ ਚਾਹੋਗੇ ਸੋ ਰॉ ਫੂਡ ਇਜ਼ ਦ ਬੈਸਟ ਵੇ ਫਾਰਵਰਡ ਪਿੰਨੀਆ ਇਜ਼ ਦ ਬੈਸਟ ਵੇ ਫਾਰਵਰਡ ਇੱਕ ਜ਼ਿੰਦਗੀ ਮਿਲਦੀ ਹੈ ਹੱਸੋ ਖੇਡੋ ਐਂਡ ਹਸਾਓ ਬੀ ਹੈਪੀ ਜਿੰਨਾ ਤੱਕ ਖੁਸ਼ੀ ਨਹੀਂ ਹੁੰਦੀ ਮੈਨੂੰ ਲੱਗਦਾ ਇੱਕ ਜਨਾਨੀ ਦੇ ਘਰ ਦੇ ਵਿੱਚ ਰੌਣਕ ਨਾ ਹੋਏਗੀ ਤੇ ਸਾਰਾ ਬੱਚਿਆਂ ਦੇ ਉੱਪਰ ਅਸਰ ਹੁੰਦਾ ਸੋ ਜਗਦੀਸ਼ ਸਿੰਘ ਅਤੀ ਧੰਨਵਾਦ ਕਰਦੀ ਆ ਬ੍ਰੈਡਫੋਰਡ ਵਾਲੇ ਜਿਹੜੀ ਪਹਿਲੀ ਵਾਰੀ ਮਿਲੇ ਤੇ ਬੜੀ ਛੇਤੀ 1 ਮਿੰਟ ਦੇ ਵਿੱਚ ਸਪੌਂਸਰ ਕਰਤਾ 250 ਪੌਂਡ ਇਸ ਦੇ ਨਾਲ ਜਿਹੜੀ ਸੰਗਤਾਂ ਨਾਲ ਉਤਸ਼ਾਹ ਪੈਦਾ ਹੁੰਦਾ ਸਾਡਾ ਪ੍ਰੋਗਰਾਮ ਪਲੀਜ਼ ਪ੍ਰੋਗਰਾਮ ਸਪੌਂਸਰ ਕਰੋ ਹੈਲਦੀ ਲਿਵਿੰਗ ਸ਼ੋ ਜਸਟ 5 ਪਾਉਂਡਸ ਔਰ ਦੇਖਦੇ ਜਾਓ ਸੁਣਦੇ ਜਾਓ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਰਹਾਂਗੇ ਇਸੀ ਦੇ ਨਾਲ ਮੈਂ ਸ਼ੋਅ ਵਾਈਂਡ ਅਪ ਕਰਾਂਗੀ ਇਸ ਮਾਫੀ ਚਾਹਾਂਗੀ ਜਿਨ੍ਹਾਂ ਦੀ ਕਾਲ ਅਸੀਂ ਨਹੀਂ ਲੈ ਸਕੇ ਅਗਲੀ ਵਾਰ ਪੂਰੀ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਕਾਲ ਲੈ ਕੇ ਤੁਹਾਡੀ ਪਰੇਸ਼ਾਨੀ ਦਾ ਹੱਲ ਰੱਖ ਸਕੇ ਤਾਂ ਅਗਲੇ ਹਫ਼ਤੇ ਤੁਹਾਨੂੰ ਅਸੀਂ ਇੱਥੇ ਹੀ ਮਿਲਾਂਗੇ ਸੇਮ ਟਾਈਮ ਸੇਮ ਪਲੇਸ ਵਿਦ ਮਨਜੀਤ ਕੌਰ ਤੁਹਾਡੇ ਆਪਣੇ ਹੈਲਦੀ ਲਿਵਿੰਗ ਸ਼ੋਅ ਵਿੱਚ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬ੍ਰੇਕ ਤੋਂ ਬਾਅਦ ਹੁਣ